Hello, my name is Amarjot Singh, and I'm talking to one of the potential, persons who wanted to ask questions. इस वक्त एडमिंटन शहर 10:15 बजे हुए हैं ते आज तरीक है जून 26 तरीक ते मेरे नाल जुड़े हुए हैं अपना शुभ नाम की सुरजीत सिंह सुरजीत सिंह जी हाँ जी सत श्री अकाल सत श्री अकाल जी केड़ी केड़ी जगह है तुसी जुड़े हो किथे रह रहे हो इस वक्त किथे तुसी इस वक्त हो बेस मैं अमृतसर साहब तो बोल रहा हाँ ठीक है ते ਮੈਨੂੰ ਇਹ ਦੱਸੋ ਕਿ ਤੁਹਾਡਾ ਜਿਹੜੇ ਕੀ ਇਨਕੁਆਇਰੀ ਕੀ ਕਰਨੀ ਸੀ ਮੇਰੇ ਨਾਲ ਮੇਰਾ ਇਨਕੁਆਇਰੀ ਉਹ ਕਰਨੀ ਸੀ ਬੇਟੀ ਨੂੰ ਕੈਨੇਡਾ ਪੜ੍ਹਨ ਆਉਣਾ ਸੀ ਤੇ ਅਸੀਂ ਸਾਰਾ ਪਤਾ ਕੀਤਾ ਤੇ ਸਾਨੂੰ ਲੱਗਿਆ ਬਈ ਵਧੀਆ ਕੰਟਰੀ ਹੈ ਜੇ ਹੋ ਸਕਦੇ ਹੈ ਤੇ ਅਸੀਂ ਨਾਲ ਜਾਈਏ ਇਕੱਲੇ ਨਾ ਭੇਜਿਓ ਉਹਨੂੰ ਤੇ ਉਹਦੇ ਲਈ ਪ੍ਰੋਪਰ ਵੇ ਕਿਹੜਾ ਹੈ ਉੱਥੇ ਆਉਣ ਵਾਸਤੇ ਕਿੱਦਾਂ ਆਉਣਾ ਚਾਹੀਦਾ ਹੈ ਆਪਦੀ ਦਾ ਕੀ ਸਲਾਹ ਹੈ ਕਿੰਨੇ ਕਿੰਨੇ ਸਾਲ ਤੋਂ ਰਹਿ ਰਹੇ ਹੋ ਅੰਮ੍ਰਿਤਸਰ ਅੰਮ੍ਰਿਤਸਰ ਸਾਨੂੰ 1 ਸਾਲ ਹੋਇਆ ਇੱਕ ਸਾਲ ਪਿੱਛੋਂ ਅਸੀਂ ਗੁਜਰਾਤ ਤੋਂ ਆਇਆ ਗੁਜਰਾਤ ਤੋਂ ਆਇਆ ਅੱਛਾ ਗੁਜਰਾਤ ਤੋਂ ਅੱਛਾ 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 ਫਰੋਮ ਗੁਜਰਾਤ ਓਕੇ ਠੀਕ ਹੈ ਗੁਜਰਾਤ ਤੋਂ ਕਿਹੜੀ ਜਗ੍ਹਾ ਤੋਂ ਆਏ ਹੋ ਰਾਜਕੋਟ ਓਕੇ ਉੱਥੇ ਕੀ ਮੈਂ ਕਿਹਾ ਮੈਂ ਪੁੱਛ ਸਕਦਾ ਤੁਹਾਨੂੰ ਪਰਸਨ ਸਵਾਲ ਕਿ ਰਾਜਕੋਟ ਤੋਂ ਤੁਸੀਂ ਅੰਮ੍ਰਿਤਸਰ ਕਿੱਦਾਂ ਮੂਵ ਕਰ ਗਏ ਕੀ ਕਿਹੜੇ ਹਾਲਾਤ ਕਰਕੇ ਤੁਸੀਂ ਰਾਜਕੋਟ ਤੋਂ ਇੱਧਰ ਆ ਗਏ ਅਸੀਂ ਅੰਮ੍ਰਿਤਸਰ 10 ਸਾਲ ਪਹਿਲਾਂ ਕੋਠੀ ਲਈ ਹੋਈ ਸੀ ਅਸੀਂ ਹਰ ਸਾਲ 2-3 ਮਹੀਨੇ ਆਉਂਦੇ ਰਹਿੰਦੇ ਹਾਂ ਦਰਬਾਰ ਸਾਹਿਬ ਕਰਕੇ ਓਕੇ ਓਕੇ ਪੰਜਾਬ ਦਾ ਹਵਾ ਪਾਣੀ ਚੰਗਾ ਲੱਗਦਾ ਹੈ ਗੁਜਰਾਤ ਨਾਲੋਂ ਸਿਹਤ ਚੰਗੀ ਰਹਿੰਦੀ ਹੈ ਓ ਯਾ ਭੇਜਿਆ ਨਾ ਪੁੱਛ ਦੈਟਸ ਗੁੱਡ ਸੋ ਰਾਜਕੋਟ ਤੁਹਾਡਾ ਕੀ ਬਿਜ਼ਨਸ ਸੀ ਕੀ ਕਿਹੜਾ ਬਿਜ਼ਨਸ ਤੁਹਾਡਾ ਪਿਛੋਕੜ ਕੀ ਬੈਕਗ੍ਰਾਉਂਡ ਕੀ ਕਰਦੇ ਤੁਸੀਂ ਬਿਜ਼ਨਸ ਵਾਲਾ ਹਾਂ ਤੇ ਸਾਡਾ ਪੈਰਾਗੋਨ ਚੱਪਲ ਆਉਂਦੀ ਹੈ ਪੈਰਾਗੋਨ ਆਪ ਜੀ ਨੇ ਨਾਮ ਸੁਣਿਆ ਹੋਵੇਗਾ ਪੈਰਾਗੋਨ ਯਾ ਉਹਦਾ ਡਿਸਟ੍ਰੀਬਿਊਸ਼ਨ ਹੈ ਡਿਸਟ੍ਰੀਬਿਊਸ਼ਨ ਅੱਛਾ ਤੁਸੀਂ ਮਤਲਬ ਮੈਨੂਫੈਕਚਰ ਤੋਂ ਲੈ ਕੇ ਫਿਰ ਉਹ ਆਪਣੇ ਡਿਸਟ੍ਰੀਬਿਊਟਰ ਨੂੰ ਕਰਦੇ ਹੋ ਸਾਰਾ ਰਿਟੇਲਰਸ ਵਾਲਾ ਨੂੰ ਆ ਰਿਟੇਲਰਸ ਨੂੰ ਦਿੰਦੇ ਆ ਹਾਂਜੀ ਕਿਆ ਮੈਂ ਪੁੱਛ ਸਕਦਾ ਕਿ ਤੁਸੀਂ ਕੋਈ ਕੰਪਨੀ ਬਣਾਈ ਹੋਈ ਹੈ ਕੋਈ ਕੰਪਨੀ ਪ੍ਰਾਈਵੇਟ ਲਿਮਿਟਡ ਵਗੈਰਾ ਬਣਾਈ ਹੋਈ ਹੈ ਇਸ ਤਰ੍ਹਾਂ ਦੀ ਪਾਰਟਨਰਸ਼ਿਪ ਕੀ ਕੁਛ ਗਵਰਨਮੈਂਟ ਕੋਈ ਕਾਗਜ਼ ਬਣਾਏ ਹੈ ਹਾਂਜੀ 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 ਪਾਰਟਨਰਸ਼ਿਪ ਹੈ ਫਰਮ ਹੈ ਸਰਦਾਰ ਸੇਲਸ ਕਾਰਪੋਰੇਸ਼ਨ ਓਕੇ ਸੋ ਇਸ ਕੰਪਨੀ ਦੇ ਮਾਲਿਕ ਤੁਸੀਂ ਆਪ ਇਕੱਲੇ ਹੋ ਜਾਂ ਕੋਈ ਹੋਰ ਵੀ ਲੋਕ ਜੁੜੇ ਹੋਏ ਹੈ ਨਹੀਂ ਅਸੀਂ 3 ਪਾਰਟਨਰ ਰਹਿ ਗਏ ਮੈਂ ਮਾਤਾ ਜੀ ਤੇ ਮੇਰਾ ਛੋਟਾ ਵੀਰ 3 ਪਾਰਟਨਰ ਰਹਿ ਓਕੇ ਤੇ ਸੋਚ ਕੇ ਦੱਸਣਾ ਕਿ ਪਿਛਲੇ ਸਾਲ ਤੁਸੀਂ ਕੋਈ ਬੈਲੈਂਸ ਸ਼ੀਟ ਵਗੈਰਾ ਬਣਾਈ ਹੈ ਬੈਲੈਂਸ ਸ਼ੀਟ ਇਨਕਮ ਸਟੇਟਮੈਂਟ ਵਗੈਰਾ ਬਣਾਈ ਹੈ ਪਿਛਲੇ ਸਾਲ ਦੀ ਕੁਛ ਹੈ ਯਾਦ ਹੈ ਕੁਛ ਹਾਂਜੀ ਸਾਡਾ 6 ਕਰੋੜ ਦਾ ਟਰਨਓਵਰ ਹੈ ਫਰਮ ਦਾ ਓਕੇ ਤੇ ਬਾਕੀ ਇਨਕਮ ਟੈਕਸ ਵਗੈਰਾ ਸਾਰਾ ਰੈਗੂਲਰ ਭਰਦੇ ਹਾਂ ਸਾਰਿਆਂ ਦਾ ਓਕੇ ਸੋ ਹੋਲਡ ਔਨ ਜਸਟ ਮੈਂ ਇੱਕ ਇੱਕ ਕਰਕੇ ਚੀਜ਼ ਨੂੰ ਥੋੜ੍ਹਾ ਸਾ ਗ੍ਰਾਫ ਕਰਨਾ ਹੈ 6 ਕਰੋੜ ਦਾ ਟਰਨਓਵਰ ਹੈ ਪਿਛਲੇ ਸਾਲ ਦਾ ਹਾਂਜੀ ਤੇ ਕਿੰਨੇ ਇੰਪਲੋਈਜ਼ ਕੰਮ ਕਰ ਰਹੇ ਹੈ ਕਿੰਨੇ ਮੁਲਾਜ਼ਮ ਕੰਮ ਕਰ ਰਹੇ ਹੈ ਇਸ ਕੰਪਨੀ ਦੇ 15 ਬੰਦੇ ਹੈਗੇ 15 ਗੁੱਡ ਫੁੱਲ ਟਾਈਮ ਹਾਂਜੀ ਹਾਂਜੀ ਫੁੱਲ ਟਾਈਮ ਓਕੇ ਤੇ ਆਪਣਾ ਨੈਟ ਇਨਕਮ ਕੀ ਹੈ ਨੈਟ ਇਨਕਮ ਲਾਈਕ ਨੈਟ ਪ੍ਰੋਫਿਟ ਕਿੰਨਾ ਹੈ ਸਾਰਾ ਆਫਟਰ 6 ਕਰੋੜ ਨੂੰ ਟਰਨਓਵਰ ਨੂੰ ਦੇਖ ਕੇ ਫਿਰ ਜਿਹੜਾ ਸੀਏ ਵਗੈਰਾ ਸ਼ੋ ਕਰਦੇ ਆ ਵਾਟ ਇਜ਼ ਦ ਨੈਟ ਇਨਕਮ ਇੱਕ ਨੈਟ ਇਨਕਮ ਸਾਰੀ ਇਹਦਾ ਹੋਲਸੇਲ ਦਾ ਕੰਮ ਹੈ ਸਾਰਾ ਮਿਲਾ ਕੇ 3-4% ਹੁੰਦੀ ਹੈ ਕੈਨ ਯੂ ਗਿਵ ਮੀ ਅ ਫਿਗਰ ਫਿਗਰ ਦਿਓਗੇ ਮੈਨੂੰ ਕੁਛ ਕੋਈ ਫਿਗਰ ਦਿਓ ਪੂਰਾ ਤੁਸੀਂ 3-4% ਕਿਹਾ ਮੈਨੂੰ ਫਿਗਰ ਦੱਸੋ ਪਲੀਜ਼ ਜੋ ਤੁਹਾਨੂੰ ਯਾਦ ਹੈ ਆਪਣੇ ਪਿਛਲੇ ਸਾਲ ਦੀ ਬੈਂਕ ਬੈਲੈਂਸ ਸ਼ੀਟ ਵਾਲਾ ਯਾਦ ਹੈ ਕਿ ਨਹੀਂ ਨਹੀਂ ਉਹ ਕਿਉਂਕਿ ਮੈਂ 1 ਸਾਲ ਹੋ ਗਿਆ ਇੱਥੇ ਆ ਗਿਆ ਨਾ ਥੋੜਾ ਧਿਆਨ ਨਾਲ ਨਹੀਂ ਦੇਖਿਆ ਉਹ ਜੋ ਡਿਟੇਲ ਆਪ ਜੀ ਕਹੋਗੇ ਉਹ ਸਾਰਾ ਕੁਝ ਆਪ ਜੀ ਨੂੰ ਦੇਖੋ ਕਰਾ ਦੇ ਚਲੋ ਮੈਨੂੰ ਇਸ ਵਕਤ ਕੋਈ ਡਾਕੂਮੈਂਟ ਦੇਖਣ ਦੀ ਲੋੜ ਨਹੀਂ ਹੈ ਇਹ ਸਾਰੇ ਇਨਫੋਰਮੇਸ਼ਨ ਕਿਉਂ ਮੈਂ ਤੁਹਾਨੂੰ ਪੁੱਛ ਰਿਹਾ ਕਿਉਂਕਿ ਅਗਰ ਇਨ ਫਿਊਚਰ ਤੁਸੀਂ ਅਗਰ ਔਂਟਰਪ੍ਰਨਰ ਇਮੀਗ੍ਰੇਸ਼ਨ ਕਰਦੇ ਹੋ ਕੈਨੇਡਾ ਲਈ ਇਹ ਸਾਰੇ ਡਾਕੂਮੈਂਟ ਤੁਹਾਨੂੰ ਉੱਥੇ ਪੇਸ਼ ਕਰਨੇ ਪੈਣਗੇ ਅਤੇ ਤੁਹਾਨੂੰ ਇਨਫੋਰਮੇਸ਼ਨ ਐਟਲੀਸਟ ਤੁਹਾਨੂੰ ਤਾਂ ਪਤਾ ਹੋਣੀ ਚਾਹੀਦੀ ਕਿ ਵੀ ਕਿੰਨੀ ਮੇਰੀ ਪ੍ਰੋਫਿਟ ਹੈ ਤੁਸੀਂ ਅਗਰ 4% ਕਿਹਾ ਅਗਰ 6 ਕਰੋੜ ਦਾ 4% ਮੇਰੇ ਖਿਆਲ ਕਿੰਨਾ ਬਣ ਗਿਆ ਵਿਚ ਇਜ਼ ਅਬਾਊਟ 24 ਲੱਖ ਹਾਂਜੀ 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 ਸਹੀ ਹੈ ਠੀਕ ਹੈ ਠੀਕ ਹੈ ਸੋ
24 lakhs is approximately the net profit, and you have 15 employees. ਤੁਹਾਨੂੰ ਐਕਸਪੀਰੀਅੰਸ ਸਿਰਫ ਰਿਟੇਲ ਡਿਸਟ੍ਰੀਬਿਊਸ਼ਨ ਦਾ ਹੀ ਹੈ, ਹੋਰ ਤਾਂ ਕੋਈ ਐਕਸਪੀਰੀਅੰਸ ਹੈ ਨਹੀਂ? ਸਾਡਾ ਫਾਰਮਿੰਗ ਦਾ ਕੰਮ ਵੀ ਹੈ, 20 ਸਾਲ ਫਾਰਮਿੰਗ ਵੀ ਕਰਦੇ ਆ। ਅੱਛਾ, ਫਾਰਮਿੰਗ ਦੇ ਵਿੱਚ ਕੀ ਕਰਦੇ ਹੋ ਤੁਸੀਂ? ਕੀ ਬੀਜਿਆ ਤੁਸੀਂ? ਕੀ ਤੁਹਾਡੀ ਫਸਲ ਵਾਰਾ ਹੈ? ਉੱਥੇ ਅੰਬ ਦਾ ਬਗੀਚਾ ਹੈ। ਆਮ ਸੌਰੀ ਅੰਬ ਦਾ ਬਗੀਚਾ, ਮੈਂਗੋਸ? ਹਾਂਜੀ, ਮੈਂਗੋ ਫਾਰਮ। ਅੱਛਾ, ਕਿੱਥੇ ਹੈ ਫਾਰਮ? ਉੱਥੇ ਹੀ ਹੈਗਾ, ਗੁਜਰਾਤ ਵਿੱਚ। ਅੱਛਾ, ਉਹ ਚੱਲ ਰਿਹਾ ਜੂਨਾਗੜ੍ਹ ਸੋਮਨਾਥ ਦਾ ਨਾਮ। ਸੋਮਨਾਥ ਦਾ ਨਾਮ ਸੁਣਿਆ ਹੋਵੇਗਾ ਆਪ ਜੀ ਨੇ, ਜਿਹੜੇ ਦਰਵਾਜੇ ਲੱਗੇ ਸੀ ਦਰਬਾਰ ਸਾਹਿਬ ਸੋਮਨਾਥ ਮੰਦਿਰ ਦੇ। ਓਕੇ, ਉੱਥੇ ਦੇ ਪਾਸੇ। ਓਕੇ, ਬਾਗ ਚੱਲ ਰਿਹਾ ਇਸ ਵੇਲੇ? ਫਾਰਮਿੰਗ ਚੱਲ ਰਹੀ ਹੈ? ਕੋਈ ਉਹਨੂੰ ਕਰ ਰਿਹਾ, ਕੋਈ ਮੇਨਟੇਨ ਕਰ ਰਿਹਾ? ਹਾਂਜੀ ਹਾਂਜੀ ਹਾਂਜੀ, ਸਾਡੇ ਅੰਕਲ ਜੀ ਦੇਖ ਰਹੇ ਨੇ, ਉਹ ਸਾਰਾ ਫੈਮਿਲੀ ਦਾ ਖਰਚਾ ਹੈਗਾ, ਸਾਡਾ ਵੱਡਾ ਫੈਮਿਲੀ ਹੈ। ਓਕੇ, ਪਰ ਉਹ ਤੁਹਾਡੇ ਨਾਮ ਤੇ ਨਹੀਂ ਨਾ? ਸਾਰਿਆਂ ਦਾ ਕੰਬਾਈਨ ਹੈ। ਯਾ, ਬਟ ਇਟਸ ਨਾਟ ਇਨ ਯੋਰ ਨੇਮ, ਮਤਲਬ ਕਿ ਤੁਹਾਡਾ ਕਿੰਨਾ ਹਿੱਸਾ ਹੈ? ਕਾਗਜ਼ ਦੀ ਗੱਲ ਕਰ ਰਹੇ ਹਾਂ, ਹਰੇਕ ਜੋ ਐਪਲੀਕੇਸ਼ਨ ਲੱਗਦੀ ਹੈ, ਪਹਿਲਾਂ ਗੱਲ ਨੂੰ ਥੋੜ੍ਹਾ ਜਿਹਾ ਕਲੀਅਰ ਹੋ ਜਾਓ ਕਿ ਜੋ ਵੀ ਐਪਲੀਕੇਸ਼ਨ ਤੁਸੀਂ ਬਾਹਰ ਦੀ ਗਵਰਨਮੈਂਟ ਨੂੰ ਕਰਦੇ ਹੋ ਨਾ, ਇਮੀਗ੍ਰੇਸ਼ਨ ਵਾਲਾ ਕਰਨਾ, ਉਹਦੇ ਵਿੱਚ ਕਾਗਜ਼ ਚੱਲਦੇ ਹੈ। ਜੇ ਕਾਗਜ਼ ਦੇ ਤੁਹਾਡਾ ਨਾਮ ਹੈ, 100% ਤੁਸੀਂ ਓਨਰ ਹੋ ਜਾਂ ਪਾਰਟਨਰ ਹੋ, ਤਾਂ ਗੱਲ ਹੋਣੀ ਹੈ। ਤੁਹਾਡਾ ਉਹਦੇ ਵਿੱਚ ਨਾਮ ਹੈ? ਹਾਂਜੀ ਹਾਂਜੀ, ਨਾਮ ਹੈਗਾ ਉਹਦਾ, 25 ਏਕੜ ਜਗ੍ਹਾ ਹੈਗੀ। ਓਕੇ, ਸੋ ਤੁਸੀਂ ਕੀ ਕਰਦੇ ਹੋ? ਤੁਹਾਡਾ ਕੋਈ ਮੈਨੇਜਰੀਅਲ ਫਾਰਮਿੰਗ ਐਕਸਪੀਰੀਅੰਸ ਹੈ ਉਸ ਚੀਜ਼ ਦਾ? ਕੀ ਤੁਹਾਡਾ ਐਕਸਪੀਰੀਅੰਸ ਹੈ ਉਸ ਫਾਰਮਿੰਗ ਨੂੰ ਰਨ ਕਰਨ ਦਾ? ਤੁਹਾਡਾ ਐਕਸਪੀਰੀਅੰਸ ਕੀ ਹੈ? ਹਾਂ, ਮੈਂ ਉਹਨੂੰ 10 ਸਾਲ ਤੱਕ ਉੱਥੇ ਸਾਰਾ ਸਾਰਾ ਫਾਰਮ ਦੇਖਿਆ ਹੈ, ਉੱਥੇ ਦਾ ਸਾਰਾ ਸਿਸਟਮ ਦੇਖਿਆ ਹੈ, ਸਾਰਾ ਕੁਝ ਐਕਸਪੀਰੀਅੰਸ ਹੈਗਾ ਉਹਦਾ। ਓਕੇ, ਤੇ ਆਲਰਾਈਟ, ਆਈ ਮੀਨ ਆਈ ਡੋਨਟ ਨੋ ਬੈਂਕੋ ਫਾਰਮ। ਓਕੇ, ਪਹਿਲਾਂ ਤੁਸੀਂ ਕੋਈ ਕੰਟਰੀ ਗਏ ਹੋ ਤੁਸੀਂ? ਕੈਨੇਡਾ, ਅਮਰੀਕਾ, ਇੰਗਲੈਂਡ ਵਾਲਾ ਕੋਈ ਕੰਟਰੀ ਘੁੰਮ ਕੇ ਆਏ ਹੋ ਤੁਸੀਂ? ਨਹੀਂ, ਮੈਂ ਦੁਬਈ ਇੱਕ ਵਾਰੀ ਗਿਆ ਸੀ, 10-12 ਸਾਲ ਪਹਿਲੇ, 3-4 ਦਿਨਾਂ ਵਾਸਤੇ, ਟੂਰ ਵਾਸਤੇ। ਬਸ, ਦੈਟਸ ਇਟ। ਸੋ ਪਹਿਲੀ ਗੱਲ ਕਿ ਜੇ ਬੇਟੀ ਕਿੰਨੇ ਸਾਲ ਦੀ ਹੈ? ਬੇਟੀ ਹੈ 18 ਸਾਲ ਦੀ। ਅੱਛਾ, ਤੁਸੀਂ ਸੋਚ ਰਹੇ ਹੋ ਕਿ ਉਹਦੇ ਲਈ, ਮਤਲਬ ਕਿ ਇਕੱਲੇ ਜਾਣਾ ਪੜ੍ਹਾਈ ਲਈ ਸੇਫ ਨਹੀਂ ਹੈ, ਤੁਸੀਂ ਨਾਲ ਸਾਰੇ ਫਿਫਥ ਫੈਮਿਲੀ ਜਾਓਗੇ, ਇਜ਼ ਦੈਟ ਵਾਟ ਯੂ ਥਿੰਕਿੰਗ? ਨਹੀਂ, ਮਤਲਬ ਸੇਫਟੀ ਦੀ ਜ਼ਿਆਦਾ ਉਹ ਨਹੀਂ ਹੈ, ਲੇਕਿਨ ਫਿਰ ਸਾਡਾ ਵੀ ਮਨ ਹੈ ਵੀ ਜੇ ਨਾਲ ਜਾ ਸਕਦੇ ਹਾਂ ਤੇ ਉੱਥੇ ਫਿਊਚਰ ਦਾ ਉੱਥੇ ਪਲਾਨਿੰਗ ਕਰੀਏ। ਓਕੇ, ਕਰਨੀ ਚਾਹੀਦੀ ਪਲਾਨਿੰਗ, ਸਟੈਪ ਬਾਏ ਸਟੈਪ ਕਰਨਾ। ਇਸ ਵਕਤ ਤੁਸੀਂ ਅਗਰ ਜੋ ਬਿਜ਼ਨਸ ਇਮੀਗ੍ਰੇਸ਼ਨ ਦਾ ਡਿਸੀਜਨ ਲੈ ਰਿਹਾ, ਮੇਰੇ ਖਿਆਲ ਲੱਗਦਾ ਹੈ ਬਹੁਤ ਹੀ ਤੁਸੀਂ ਜਲਦਬਾਜ਼ੀ 'ਚ ਲੈ ਰਿਹਾ। ਇਸ ਵਕਤ ਮੈਨੂੰ ਲੱਗਦਾ ਨਹੀਂ ਕਿ ਇਹ ਇਨਵੈਸਟਰ ਕੈਟੇਗਰੀ ਜਾਂ ਔਂਟਰਪ੍ਰਨਰ ਕੈਟੇਗਰੀ ਤੁਹਾਡੇ ਲਈ ਹੈ। ਨੰਬਰ 1 ਦਾ ਰੀਜ਼ਨ ਹੈ ਕਿ ਕੈਨੇਡਾ ਦੇ ਬਾਰੇ ਤੁਹਾਨੂੰ ਨੌਲੇਜ ਨਹੀਂ ਹੈ। ਕੈਨੇਡਾ ਦੇ ਜੋ ਬਿਜ਼ਨਸ ਹੈ, ਕਿਸ ਤਰ੍ਹਾਂ ਦਾ ਤੁਸੀਂ ਬਿਜ਼ਨਸ ਕਰੋਗੇ, ਕਿਸ ਤਰ੍ਹਾਂ ਦੀ ਦੁਕਾਨ ਚਲਾਓਗੇ, ਕਿਸ ਤਰ੍ਹਾਂ ਦਾ ਜਾਂ ਯੂ ਨੋ ਸਮਥਿੰਗ ਫਾਰਮਿੰਗ ਜਾਂ ਸਮਥਿੰਗ, ਜੋ ਵੀ ਕੁਛ ਕਰਨਾ ਹੈ, ਜਦ ਤੱਕ ਤੁਹਾਨੂੰ ਕੈਨੇਡਾ ਦੀ ਆਬੋ ਹਵਾ ਜਾਂ ਕੈਨੇਡਾ ਦਾ ਬਿਜ਼ਨਸ ਇਨਵਾਇਰਮੈਂਟ ਦੇ ਬਾਰੇ ਪਤਾ ਨਹੀਂ ਹੈ, ਤੁਸੀਂ ਇੱਦਾਂ ਵੱਡਾ ਸਟੈਪ ਲੈ ਨਹੀਂ ਸਕਦੇ। ਕੋਈ ਏਰੀਆ, ਕੋਈ ਰੀਜਨ, ਕੋਈ ਕੈਨੇਡਾ ਦਾ ਦੇਖਿਆ ਤੁਸੀਂ ਜਿਹੜਾ ਤੁਹਾਨੂੰ ਲੱਗਦਾ ਕਿ ਵੀ ਇਸ ਰੀਜਨ ਵਿੱਚ ਮੇਰਾ ਜਾਣ ਦਾ ਮਨ ਹੈ? ਕੋਈ ਸੁਣਿਆ ਤੁਸੀਂ ਕਿਹੜੇ ਰੀਜਨ? ਕੈਨੇਡਾ ਤੇ ਹੈ ਬਹੁਤ ਵੱਡਾ, ਕਿੱਥੇ ਜਾਓਗੇ ਤੁਸੀਂ? ਮਤਲਬ ਬ੍ਰਿਟਿਸ਼ ਕੋਲੰਬੀਆ ਦਾ ਵਿਚਾਰ ਹੈ, ਜੇ ਉੱਥੇ ਹੋਵੇ ਤਾਂ ਵਧੀਆ ਹੈ ਸਭ ਤੋਂ। ਬ੍ਰਿਟਿਸ਼ ਕੋਲੰਬੀਆ ਕਿਉਂ? ਬ੍ਰਿਟਿਸ਼ ਕੋਲੰਬੀਆ ਦੇ ਬਾਰੇ ਤੁਹਾਨੂੰ ਕੀ ਪਤਾ? ਮੌਸਮ ਉੱਥੇ ਦਾ ਚੰਗਾ ਹੈ, ਆਪਣੇ ਆਪਣੇ ਲੋਕੀ ਵੀ ਉੱਥੇ ਜ਼ਿਆਦਾ ਨੇ ਇਸ ਕਰਕੇ। ਅੱਛਾ, ਗੁੱਡ। ਸੋ ਬ੍ਰਿਟਿਸ਼ ਕੋਲੰਬੀਆ ਦੀ ਜੋ ਇੱਕ ਇਨਵੈਸਟਮੈਂਟ ਸਕੀਮ ਹੈ, ਉਹਦੇ ਬਾਰੇ ਪਤਾ ਹੈ ਤੁਹਾਨੂੰ ਕਿ ਕਿੱਦਾਂ ਉਹ ਅਪਲਾਈ ਕਰਦੇ ਆ, ਉਹਦੇ ਬਾਰੇ ਕੁਝ ਨੌਲੇਜ ਹੈ? ਇੱਕ ਸਕੀਮ ਦਾ ਪਤਾ ਹੈ ਜਿਹੜਾ ਰੂਰਲ ਹੈ, ਕਿ ਬਈ ਉਹਦੇ $1,00,000 ਦਾ ਇਨਵੈਸਟਮੈਂਟ ਕਰਨਾ ਹੈ, ਸਾਲ 1.5 ਸਾਲ ਦਾ ਕੋਈ ਕਹਿੰਦੇ ਸੀ। ਇਹ ਤੁਹਾਨੂੰ ਕਿਹਨਾਂ ਨਹੀਂ ਮਾਲੂਮ ਤੇ ਇਹ ਤੁਹਾਨੂੰ ਕਿੰਨੇ ਦੱਸਿਆ ਕਿ 1,00,000 ਕਰਕੇ ਇਨਵੈਸਟਮੈਂਟ ਕਰਕੇ ਹੋ ਜਾਏਗਾ? ਇੱਥੇ ਦੇ ਜਿਹੜੇ ਆਪਣੇ ਕੋਈ ਚੰਡੀਗੜ੍ਹ ਦੇ ਕੋਈ ਹੈਗੇ ਏਜੰਟ, ਉਹਨਾਂ ਨੇ ਦੱਸਿਆ, ਉਹਨਾਂ ਨੇ ਪੂਰਾ ਭੇਜਿਆ ਹੈ। ਉਹਨਾਂ ਨੇ ਚੰਡੀਗੜ੍ਹ ਦੇ ਏਜੰਟ ਨੂੰ ਪੁੱਛਣਾ ਸੀ ਕਿ ਵੀ ਉਹ ਆਪ ਕਦੇ ਗਿਆ ਹੈ ਉੱਥੇ, ਬੀਸੀ ਰਿਹਾ ਹੈ, ਆਪ ਗਿਆ ਉੱਥੇ ਕੈਨੇਡਾ ਦੇਖ ਆਇਆ? ਦੂਸਰਾ ਉਹਨੂੰ ਇਹ ਪੁੱਛਣਾ, ਤੁਸੀਂ ਉਹਨੂੰ ਇਹ ਪੁੱਛਣਾ ਸੀ ਕਿ ਵੀ $1,00,000 ਵਾਲਾ ਕੋਈ ਕਲਾਇੰਟ ਤੁਸੀਂ ਪਿਛਲੇ 1 ਸਾਲ ਜਾਂ 2 ਸਾਲ ਵਿੱਚ ਕੀਤਾ ਹੈ ਜਿਨ੍ਹਾਂ ਦਾ ਪੀਆਰ ਲੱਗ ਗਿਆ? ਤੁਸੀਂ ਕੱਲ ਨੂੰ ਫੋਨ ਕਰਕੇ ਉਹਨੂੰ ਪੁੱਛ ਲੈਣਾ ਕਿ ਵੀ ਏਦਾਂ ਹੋਇਆ ਕਿ ਨਹੀਂ ਹੋਇਆ, ਕਿ ਤੁਸੀਂ ਓਦਾਂ ਹੀ ਮੈਨੂੰ ਕੋਈ ਸਬਜ਼ ਬਾਗ ਤਾਂ ਨਹੀਂ ਦਿਖਾ ਰਹੇ ਸ਼ਾਇਦ? ਨਹੀਂ, ਉਹ ਤੇ ਗੱਲਾਂ ਤੇ ਵੱਡੀਆਂ ਵੱਡੀਆਂ ਕਰਦੇ ਨੇ ਉਹ, ਨਹੀਂ
ਸਹੀ ਲੱਗਿਆ ਫਿਰ ਇਸ ਕਰਕੇ ਮੈਂ ਕਿਹਾ ਚਲੋ ਹੋਰ ਕੋਈ ਰਾਹ ਲੱਭਦੇ ਆਪਾਂ ਇਹ ਠੀਕ ਨਹੀਂ ਲੱਗ ਰਹੀ ਗੱਲ ਵੈਲ ਦੈਟਸ ਫਾਈਨ ਹਰ ਇੱਕ ਚੀਜ਼ ਦੀ ਪਹਿਲਾਂ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਕਿ ਵੀ ਹੈ ਕੀ ਹੈ ਕਿਸ ਤਰ੍ਹਾਂ ਹੈ ਤੁਹਾਨੂੰ ਮੈਂ ਇੱਕ ਸਕਰੀਨ ਤੁਹਾਨੂੰ ਕੁਝ ਸਕਰੀਨ ਤੇ ਨਜ਼ਰ ਆ ਰਿਹਾ ਕੁਝ ਹਾਂ ਜੀ ਆਇਆ 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 ਸੋ ਇੱਕ ਇੱਕ ਡਾਕੂਮੈਂਟ ਹੈ ਉਹਨਾਂ ਦੀ ਵੈਬਸਾਈਟ ਤੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦੀ ਵੈਬਸਾਈਟ ਤੇ ਇਹ ਪਈ ਹੋਈ ਹੈ ਤੁਸੀਂ ਕੋਈ ਵੀ ਜਿਨ੍ਹਾਂ ਨੇ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਦੇਖ ਸਕਦੇ ਹੋ ਦੇ ਆਰ ਮੋਰ ਦੈਨ 86 ਪੇਜਸ ਦੇ ਤੁਹਾਡੇ ਕੋਲ ਟਾਈਮ ਹੈ ਤੁਸੀਂ ਇਹਨੂੰ ਪ੍ਰਿੰਟ ਕਰ ਲੈਣਾ ਤੁਸੀਂ ਇਹਨੂੰ ਪ੍ਰਿੰਟ ਕਰ ਲੈਣਾ ਤੇ ਨਾਲ ਹੌਲੀ ਹੌਲੀ ਪੜ੍ਹੀ ਜਾਓ ਕਿ ਪੇਜ ਕਰਕੇ ਪੜ੍ਹੀ ਜਾਓ ਨਹੀਂ ਤਾਂ ਆਪਣੀ ਬੇਟੀ ਨੂੰ ਕਹਿਣਾ ਜਾਂ ਕਿਸੇ ਹੋਰ ਮੈਂਬਰ ਤੁਹਾਡੇ ਜਿਹੜੇ ਫੈਮਿਲੀ ਮੈਂਬਰ ਉਹਨੂੰ ਕਹਿਣਾ ਕਿ ਨਾਲ ਬੈਠ ਕੇ ਆਪਾਂ ਡਿਸਕਸ ਕਰੀਏ ਕੀ ਲਿਖਿਆ ਮੈਂ ਥੋੜ੍ਹੀ ਬਹੁਤ ਤੁਹਾਨੂੰ ਕੁਛ ਇਨਫੋਰਮੇਸ਼ਨ ਸ਼ੋ ਕਰ ਦੇਣਾ ਸੋ ਇਹ ਸਾਰੇ ਇਹਨਾਂ ਦੀ ਵੈਬਸਾਈਟ ਦੀ ਵੈਬਸਾਈਟ ਦਾ ਐਡਰੈਸ ਵਾਲਾ ਸਾਰਾ ਦਿੱਤਾ ਹੋਇਆ ਫੋਨ ਨੰਬਰ ਵੀ ਦਿੱਤਾ ਹੋਇਆ ਜੇ ਅਗਰ ਤੁਸੀਂ ਉਹਨਾਂ ਨੂੰ ਮੈਸੇਜ ਕਰਨਾ ਈਮੇਲ ਵਾਲਾ ਵੀ ਕਰ ਸਕਦੇ ਹੋ ਜੋ ਇੱਕ ਬੇਸਿਕ ਜਿਹੜੀ ਆਊਟਲਾਈਨ ਹੈ ਉਹ ਤੁਹਾਨੂੰ ਮੈਂ ਦਿਖਾ ਦੇਣਾ ਕਿਉਂਕਿ ਸਾਡੇ ਕੋਲ ਇੰਨਾ ਟਾਈਮ ਨਹੀਂ ਹੈ ਕਿ ਅਸੀਂ ਸਾਰੇ ਇੱਕ ਇੱਕ ਕਰਕੇ ਇਕੱਲੇ ਇਕੱਲੇ ਪੇਜ ਦਾ ਤੁਹਾਡੇ ਨਾਲ ਸ਼ੇਅਰ ਕਰੀਏ ਪਰ ਜਸਟ ਬੇਸ ਆਈਡੀਆ ਬੀਸੀ ਸਰਕਾਰ ਜੋ ਹੈ ਨਾ ਉਹ ਇੱਕ ਇੱਕ ਪ੍ਰੋਵਿੰਸ ਦੇ ਬੇਸ ਤੇ ਇਨਵਾਈਟ ਕਰਦੀ ਹੈ ਕਿ ਵੀ ਜਿਹਨਾਂ ਕੋਲ ਪੈਸਾ ਹੈ ਸਰਮਾਇਆ ਹੈ ਐਕਸਪੀਰੀਅੰਸ ਹੈ ਨੌਲੇਜ ਹੈ ਸਕਿੱਲ ਹੈ ਤੇ ਇਹ ਸਾਰੇ ਨੂੰ ਕੰਬਾਈਨ ਕਰਕੇ ਤੁਸੀਂ ਬੀਸੀ ਆਓ ਤੇ ਜਾ ਕੇ ਇੱਕ ਨਵਾਂ ਬਿਜ਼ਨਸ ਸ਼ੁਰੂ ਕਰੋ ਬਿਜ਼ਨਸ ਸ਼ੁਰੂ ਕਰਕੇ ਸਾਨੂੰ ਵੀ ਫਾਇਦਾ ਹੋਗਾ ਸਾਨੂੰ ਟੈਕਸ ਰੈਵਨਿਊ ਮਿਲੇਗਾ ਤੇ ਨਾਲ ਨੌਕਰੀਆਂ ਡਿਵੈਲਪ ਹੋਣਗੀ ਤੇ ਤੁਹਾਨੂੰ ਇਸ ਇਸ ਦੇ ਬਦਲੇ ਅਸੀਂ ਤੁਹਾਨੂੰ ਇੱਕ ਨੋਮੀਨੇਸ਼ਨ ਦੇ ਦਿੰਦੇ ਹਾਂ ਨੋਮੀਨੇਸ਼ਨ ਕਰਕੇ ਤੁਸੀਂ PR ਲੈ ਸਕਦੇ ਹੋ ਸੋ ਇੱਕ ਤੇ ਹੈ ਉਹਨਾਂ ਦਾ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਬੇਸ ਕੈਟੇਗਰੀ ਹੈ ਦੂਸਰਾ ਰੀਜਨਲ ਪਾਇਲਟ ਪ੍ਰੋਗਰਾਮ ਹੈ ਜਿਹੜਾ ਤੁਸੀਂ ਕਿਹਾ ਕਿ ਬਾਹਰ ਜਾ ਕੇ ਛੋਟੀ ਛੋਟੀ ਕਮਿਊਨਿਟੀ ਜਿਹੜੇ ਪਿੰਡ ਹੁੰਦੇ ਆ ਜਿਹੜਾ ਨਾ ਵੈਨਕੂਵਰ ਮੇਨ ਸ਼ਹਿਰ ਜਾ ਬਾਹਰ ਜਾ ਕੇ ਤੁਸੀਂ ਜਾ ਕੇ ਆਪਣਾ ਛੋਟਾ ਮੋਟਾ ਕੋਈ ਕਰ ਸਕਦੇ ਹੋ ਹੋਪਫੁਲੀ ਮੇਰੇ ਖਿਆਲ ਲੱਗਦਾ ਕਿ $1,00,000 ਦੀ ਕੱਲ ਉਹਨਾਂ ਨੇ ਸ਼ਾਇਦ ਰੀਜਨਲ ਪਾਇਲਟ ਦੇਖ ਕਰ ਕਹੀ ਹੈ ਸ਼ਾਇਦ ਤੇ ਤੀਸਰਾ ਹੈ ਸਟ੍ਰੈਟੇਜਿਕ ਪ੍ਰੋਜੈਕਟ ਤੁਹਾਡੇ ਲਈ ਰੈਲੀਵੈਂਟ ਨਹੀਂ ਹੈ ਆਪਾਂ ਉਹ ਦੇਖਦੇ ਹਾਂ ਥੋੜ੍ਹਾ ਜਿਹਾ ਕੰਪੈਰੀਜ਼ਨ ਕਰਦੇ ਹਾਂ ਜਸਟ ਟੂ ਗੈਟ ਯੂ ਇਨ ਸਮ ਆਈਡੀਆ ਮੇਰੇ ਖਿਆਲ ਤੁਸੀਂ ਸ਼ਾਇਦ ਸਕਰੀਨ ਤੇ ਦੇਖ ਰਹੇ ਹੋ ਕੁਛ ਨਜ਼ਰ ਆ ਰਿਹਾ ਕੁਛ ਹਾਂ ਜੀ ਹਾਂ ਜੀ ਹਾਂ ਦੱਸੋ ਜਰਾ ਕੀ ਲਿਖਿਆ ਸਭ ਤੋਂ ਉੱਪਰ ਕੀ ਲਿਖਿਆ ਲਾਈਨ ਪੜੋਗੇ ਜਰਾ ਹਾਂ ਜੀ ਕੈਟੇਗਰੀ ਬੇਸ ਕੈਟੇਗਰੀ ਰੀਜਨਲ ਪਾਇਲਟ ਦੈਟਸ ਗੁੱਡ ਸੋ ਬੇਸ ਕੈਟੇਗਰੀ ਮੇਨ ਕੈਟੇਗਰੀ ਹੈ ਤੇ ਰੀਜਨਲ ਪਾਇਲਟ ਮਤਲਬ ਕਿ ਰੀਜਨਲ ਜਿਹੜੇ ਏਰੀਆ ਨੂੰ ਦੇਖ ਕਰ ਜਿਹੜੇ ਬਾਹਰ ਜਾ ਕੇ ਤੁਸੀਂ ਕੋਈ ਕੰਮ ਸ਼ੁਰੂ ਕਰਨਾ ਕਰੋ ਸਭ ਤੋਂ ਪਹਿਲਾਂ ਜਿਹੜਾ ਐਕਸਪੀਰੀਅੰਸ ਰਿਕੁਆਇਰਮੈਂਟ ਹੈ ਮਿਨੀਮਮ 3 ਈਅਰਸ ਐਕਸਪੀਰੀਅੰਸ ਐਜ਼ ਅ ਬਿਜ਼ਨਸ ਓਨਰ ਔਰ ਅ ਮੈਨੇਜਰ ਉਹ ਤੁਹਾਡੇ ਕੋਲ ਹੈ ਨੈਟਵਰਥ ਚਾਹੀਦਾ ਨੈਟਵਰਥ ਮਤਲਬ ਜਿਹੜੇ ਬੇਸ ਕੈਟੇਗਰੀ ਚਾਹੀਦਾ $6,00,000 ਤੇ ਰੀਜਨਲ ਪਾਇਲਟ ਦਾ ਚਾਹੀਦਾ $3,00,000 $3,00,000 ਜੇਕਰ ਤੁਸੀਂ ਅਗਰ ਰੀਜਨਲ ਲੈ ਕੇ ਚਲੋ $3,00,000 ਮੀਨਸ ਮਲਟੀਪਲਾਈ ਕਰ ਲਓ ਕਰੀਬ ਕਰੀਬ 55 ਨਾਓ ਵਿਚ ਇਜ਼ ਕਲੋਜ਼ ਟੂ ਮੇਰੇ ਖਿਆਲ 1.5 ਕਰੋੜ ਪਲੱਸ ਰਾਈਟ 1.5 ਕਰੋੜ ਤੁਹਾਡੇ ਕੋਲ ਪ੍ਰੋਪਰਟੀ ਵਗੈਰਾ ਹੋਣੀ ਚਾਹੀਦੀ ਹੈ ਐਜੂਕੇਸ਼ਨ ਤੁਹਾਨੂੰ ਐਜੂਕੇਸ਼ਨ ਚਲੋ ਤੁਹਾਡੇ ਕੋਲ ਅਗਰ ਐਜੂਕੇਸ਼ਨ ਨਹੀਂ ਹੈ ਤੇ 3 ਸਾਲ ਦਾ ਐਕਸਪੀਰੀਅੰਸ ਹੈ ਦੈਟਸ ਫਾਈਨ 100% ਓਨਰਸ਼ਿਪ ਹੋਣਾ ਚਾਹੀਦਾ ਬਿਜ਼ਨਸ 'ਤੇ ਅਗਰ ਜੇ ਤੁਹਾਡੇ ਬਿਜ਼ਨਸ ਵਿੱਚ 100% ਓਨਰਸ ਨਹੀਂ ਹੈ ਗੱਲ ਮੇਰੀ ਸਮਝ ਰਹੇ ਹੋ ਐਜੂਕੇਸ਼ਨ ਐਜੂਕੇਸ਼ਨ ਕਿੰਨੀ ਹੈ ਤੁਹਾਡੀ ਐਜੂਕੇਸ਼ਨ ਕਿੰਨੀ ਹੈ 10+1 which is 11 which is ਮਤਲਬ ਕਿ ਜਿਹੜੇ 12ਵੀਂ ਨਹੀਂ ਕ੍ਰਾਸ ਕੀਤੀ ਤੁਸੀਂ ਕਰੈਕਟ ਨਹੀਂ 12ਵੀਂ ਨਹੀਂ ਕੀਤੀ ਨਹੀਂ ਓਕੇ ਹੁਣ ਇੱਥੇ ਰੁਕ ਜਾਓ ਤੁਸੀਂ ਦੇਖੋ ਐਜੂਕੇਸ਼ਨ ਦੀ ਰਿਕੁਆਇਰਮੈਂਟ ਸਾਫ਼ ਲਿਖੀ ਹੈ ਜਾਂ ਤੇ 12ਵੀਂ ਦੇ ਬਾਅਦ ਤੁਹਾਡੇ ਕੋਲ ਐਜੂਕੇਸ਼ਨ ਹੈ ਅਗਰ ਹੈ ਤਾਂ ਠੀਕ ਹੈ ਦੈਟਸ ਫਾਈਨ ਅਗਰ ਨਹੀਂ ਹੈ ਐਜ਼ ਅ ਬਿਜ਼ਨਸ ਓਨਰ ਤੁਹਾਡੇ ਜਿਹੜੇ ਵਿਦ ਇਨ ਦਾ ਲਾਸਟ ਈਅਰਸ ਜੋ ਬਿਜ਼ਨਸ ਤੁਸੀਂ ਰਨ ਕਰ ਰਹੇ ਹੋ ਯੂ ਮਸਟ ਬੀ 100% ਓਨਰ ਜਿਹੜਾ ਤੁਸੀਂ ਹੁਣ ਇਸ ਵਕਤ ਨਹੀਂ ਹੋ ਜਿਹੜਾ ਤੁਸੀਂ ਆਪਣਾ ਜਿਹੜੇ ਚੱਪਲਾਂ ਦਾ ਜਿਹੜਾ ਰਿਟੇਲ ਡਿਸਟ੍ਰੀਬਿਊਸ਼ਨ ਕਰਦੇ ਹੋ ਨਾ ਯੂ ਆਰ ਮੇਰੇ ਖਿਆਲ ਤੁਸੀਂ ਪਾਰਟਨਰ ਹੋ 1/3 ਕਰੈਕਟ ਸੋ ਇੱਥੇ ਹੀ ਦੇਖ ਲਓ ਤੀਸਰੀ ਰਿਕੁਆਇਰਮੈਂਟ ਤੁਸੀਂ ਫੁਲਫਿਲ ਨਹੀਂ ਕਰ ਰਹੇ ਕਲੀਅਰ ਹੋ ਗਿਆ ਕਲੀਅਰ ਦਿਸ ਇਜ਼ ਵਨ ਐਗਜ਼ਾਮਪਲ ਕਿ ਵੀ ਜੋ ਵੀ ਕੰਸਲਟੈਂਟ ਹੈ ਭਾਵੇਂ ਮੋਹਾਲੀ ਹੈ ਜਲੰਧਰ ਹੈ ਅੰਮ੍ਰਿਤਸਰ ਜਿੱਥੇ ਮਰਜ਼ੀ ਹੈ ਉਹਨਾਂ ਨੂੰ ਚਾਹੀਦਾ ਸੀ ਕਿ ਵੀ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਲੈ ਕੇ ਪ੍ਰਿੰਟ ਕਰਕੇ ਤੁਹਾਡੇ ਸਾਹਮਣੇ ਇੱਕ ਕਰਕੇ ਸ਼ੋਅ ਕਰਕੇ ਤੁਹਾਡੇ ਨਾਲ ਇੱਕ ਉਹ ਡਿਸਕਸ਼ਨ ਕਰਦੇ ਕਿ ਵੀ ਹਾਂ ਅਸੀਂ ਕੁਆਲੀਫਾਈ ਕਰ ਵੀ ਰਹੇ ਹਾਂ ਨਹੀਂ ਕਰ ਰਹੇ ਹਾਂ ਉਹਦੇ ਬਾਅਦ ਫਿਰ ਯੂ ਨੋ ਵੀ ਨੋ ਕਲੀਅਰ ਕਿ ਵੀ ਇਹ ਕੰਮ ਹੋਏਗਾ ਨਹੀਂ ਹੋਏਗਾ ਕਿਉਂਕਿ ਕੰਸਲਟੈਂਟ ਤਾਂ ਕਹਿ ਰਹੇ ਕਿ ਵੀ ਆ ਜਾਓ ਪੈਸੇ ਦਿਓ ਅਸੀਂ ਤੁਹਾਡਾ ਕਰਾ ਦੇਵਾਂਗੇ ਲੇਕਿਨ ਕਰਾਓਗੇ ਕਿਸ ਤਰ੍ਹਾਂ ਜਿਹੜੀ ਰਿਕੁਆਇਰਮੈਂਟ ਨਹੀਂ ਪੂਰੀ ਹੋ ਰਹੀ ਐਨੀਵੇ ਆਪਾਂ ਅਗਲਾ ਦੇਖਦੇ ਹਾਂ ਫਿਰ ਬਿਜ਼ਨਸ ਪ੍ਰਪੋਜ਼ਲ ਤੁਸੀਂ ਉਹਨਾਂ ਨੂੰ ਦੱਸਣਾ ਹੈ ਕਿ ਵੀ ਤੁਹਾਡਾ ਬਿਜ਼ਨਸ ਕੀ ਹੈ ਓਨਰਸ਼ਿਪ ਪਰਸੈਂਟੇਜ ਲਿਖਿਆ ਕਿਸ ਤਰ੍ਹਾਂ ਦਾ ਬਿਜ਼ਨਸ ਕਰੋਗੇ ਇਨਵੈਸਟਮੈਂਟ ਦੇਖ ਲਓ ਜਿਹੜਾ ਮਿਨੀਮਮ $1,00,000 ਜਿਹੜਾ ਉਹ ਕੰਸਲਟੈਂਟ ਮੇਰੇ ਖਿਆਲ ਹੈ $1,00,000 ਉਹਨਾਂ ਨੂੰ ਕੈਚ ਕਰ ਲਿਆ ਕਿ $1,00,000 ਤੇ ਤੁਹਾਡੀ PR ਮਿਲ ਜਾਏਗੀ ਇਟ ਇਜ਼ ਨਾਟ ਗੋਇੰਗ ਟੂ ਬੀ ਦੈਟ ਈਜ਼ੀ ਇੰਨਾ ਈਜ਼ੀ ਨਹੀਂ ਹੈ $1,00,000 ਤੇ ਇੱਕ ਫਿਗਰ ਲੈ ਕੇ ਤੁਹਾਨੂੰ ਅਟਰੈਕਟ ਕਰਕੇ ਕਹਿਣਾ ਕਿ ਵੀ ਹਾਂ PR ਲੱਗ ਜਾਏਗੀ ਸਵਾਲ ਉਹਨਾਂ ਨੂੰ ਪੁੱਛਣਾ ਸੀ ਭਾਈ ਸਾਹਿਬ ਪਿਛਲੇ 1 ਸਾਲ ਦੇ ਵਿੱਚ ਤੁਸੀਂ ਕਿਸੇ ਨਾਲ ਕਰਾਇਆ ਹੈ $1,00,000 ਦਾ ਜੇ ਕਰਾਇਆ ਤਾਂ ਉਹਨਾਂ ਦਾ ਕੋਈ ਨਾਮ ਪਤਾ ਦੇ ਦਿਓ ਅਸੀਂ
ਅਸੀਂ ਉਹਨਾਂ ਨੂੰ ਕੰਟੈਕਟ ਕਰ ਲਾਂਗੇ। ਬਾਕੀ ਸਭ ਦਿੱਤਾ ਹੋਇਆ, ਜੋਬ ਕ੍ਰੀਏਸ਼ਨ ਕਰਨੀ ਹੈ, ਲੋਕੇਸ਼ਨ ਐਕਸਪਲੋਰੇਟੋਰੀ ਵਿਜ਼ਿਟ, ਦੇਖੋ ਤੁਸੀਂ ਪਹਿਲਾਂ ਜਾ ਕੇ BC ਘੁੰਮ ਕਰ ਆਉਣਾ ਇੱਕ ਵਾਰ, ਜਿਹੜਾ ਰੀਜਨਲ ਪਾਇਲਟ ਗੱਲ ਕੀਤੀ ਨਾ, ਤੁਸੀਂ ਇੱਕ ਵਾਰ ਪਹਿਲਾਂ BC ਜਾਓ, ਟੂਰਿਸਟ ਵੀਜ਼ਾ, ਅੱਜ ਕੱਲ੍ਹ ਤਾਂ ਟੂਰਿਸਟ ਵੀਜ਼ਾ ਹੀ ਬੰਦ ਹੈ, ਅਤੇ ਫਿਰ ਇਹ ਸਾਰਾ ਪ੍ਰੋਗਰਾਮ ਇਸ ਵੇਲੇ ਪੋਸਟਪੋਨ ਹੈ, ਕਿਉਂਕਿ ਤੁਸੀਂ ਪਹਿਲਾਂ ਇੱਕ ਬਿਜ਼ਨਸ ਵਿਜ਼ਟਡ ਵੀਜ਼ਾ ਲੈ ਕੇ ਜਾਓ, ਪਹਿਲਾਂ ਘੁੰਮ ਕਰ ਆਓ, ਜਾ ਕੇ ਵੈਨਕੂਵਰ ਦੇਖੋ, ਸਰੀ ਦੇਖੋ, ਸਰੀ ਦੇ ਬਾਹਰ ਦੇਖੋ ਕਿਸ ਤਰ੍ਹਾਂ ਦੇ ਲੋਕ ਹੈ, ਕੀ ਕਰ ਰਹੇ ਹੈ, ਕਿਸ ਤਰ੍ਹਾਂ ਦੀ ਤੁਸੀਂ ਅਗਰ ਜੇ ਫਾਰਮਿੰਗ ਕਰਨੀ ਹੈ, ਜ਼ਮੀਨ ਖੇਤ ਕੀ ਲੈਣਾ ਤੁਸੀਂ, ਵਟ ਐਵਰ, ਅਗਰ ਕੋਈ ਬਿਜ਼ਨਸ ਕਰਨਾ ਹੈ ਤਾਂ ਬਿਜ਼ਨਸ ਕਿੱਦਾਂ ਦਾ ਕਰੋਗੇ, ਕਿੰਨਾ ਟੈਕਸ ਲੱਗੇਗਾ, ਕਿੰਨਾ ਰਜਿਸਟ੍ਰੇਸ਼ਨ ਕਾਸਟ ਹੈ, ਇਹ ਸਾਰਾ ਕਰਨ ਲਈ ਤੁਹਾਨੂੰ ਮਿਨੀਮਮ, ਮੈਂ ਸਮਝਦਾ ਕਿ ਮਿਨੀਮਮ 1 ਮਹੀਨੇ ਦਾ ਤੁਹਾਨੂੰ ਤੁਹਾਡੇ ਕੋਲ BC ਦੀ ਵਿਜ਼ਿਟ ਹੋਣਾ ਲਾਜ਼ਮੀ ਹੈ, ਉਹਦੇ ਬਗੈਰ ਗੱਲ ਨਹੀਂ ਬਣਨੀ। ਅਗਲੀ ਅਗਲੀ ਰਿਕੁਆਇਰਮੈਂਟ ਦੇਖ ਲਓ, ਲੈਂਗੁਏਜ ਰਿਕੁਆਇਰਮੈਂਟ ਹੈ, ਤੁਸੀਂ ਲੈਂਗੁਏਜ ਦਾ ਵੀ ਟੈਸਟ ਲੈਣਾ ਹੈ, ਲਿਖਿਆ ਦੇਖੋ, ਲੈਂਗੁਏਜ ਲਿਖਿਆ, ਲੈਂਗੁਏਜ ਦਾ ਟੈਸਟ ਤੁਸੀਂ ਲੈ ਲਓ, ਲੈ ਲਓਗੇ ਟੈਸਟ ਇੰਗਲਿਸ਼ ਦਾ? ਜੇ ਸਾਰੇ ਬਿਜ਼ਨਸ ਪਲਾਨ ਦੇਖ ਕਰ, ਪੈਸਾ ਦੇਖ ਕਰ, ਇੰਗਲਿਸ਼ ਦੇਖ ਕਰ, ਐਕਸਪੀਰੀਅੰਸ ਦੇਖ ਕਰ, ਲੋਕੇਸ਼ਨ ਦੇਖ ਕਰ, ਜੇਕਰ ਤੁਹਾਡੇ ਪੁਆਇੰਟਸ ਅਗਰ ਬਣਦੇ ਹੈ, ਟੋਟਲ ਪੁਆਇੰਟਸ ਬਣਦੇ ਹੈ, ਤੇ ਫਿਰ ਫਿਰ ਇੱਕ ਉਹਨਾਂ ਦੀ ਪ੍ਰਾਇਰਟੀ ਹੁੰਦੀ, ਮੈਰਿਟ ਸਿਸਟਮ ਹੈ। ਹੋ ਸਕਦਾ ਹੈ ਕਿ ਉਹਨਾਂ ਕੋਲ ਜਿਹੜਾ ਕੋਟਾ ਹੋ, ਸਾਲ ਦਾ 20-25 ਦਾ ਕੋਟਾ ਹੋ ਜਾਂ 30 ਦਾ ਕੋਟਾ ਹੋ, ਤੇ ਐਪਲੀਕੇਸ਼ਨਾਂ ਆ ਰਹੀਆਂ, 200 ਐਪਲੀਕੇਸ਼ਨ ਆ, 400 ਐਪਲੀਕੇਸ਼ਨ ਆ ਰਹੀ ਹੈ, ਸੋ ਦੇ ਵਿਲ ਪਿਕ ਦਾ ਹਾਇਸਟ ਨੰਬਰ, ਸਾਰਿਆਂ ਨੂੰ ਨਹੀਂ ਇਨਵਾਈਟ ਕਰਦੇ, ਜਿਹੜੇ ਸਟਾਪ ਦੇ ਜਿਹੜੇ ਉਹਨਾਂ ਦੇ ਕਨਸੈਪਟ ਨੂੰ ਮੈਚ ਕਰਦੇ ਹੈ ਤਾਂ ਫਿਰ ਉਹ ਇਨਵਾਈਟ ਕਰਦੇ ਹੈ। ਸੋ ਇਹ ਕੋਈ ਗਾਰੰਟੀ ਨਹੀਂ ਹੈ ਕਿ ਵੀ ਐਪਲੀਕੇਸ਼ਨ ਤੁਸੀਂ ਇੱਥੋਂ ਚੰਡੀਗੜ੍ਹ ਤੋਂ ਕਰ ਲੀਜੀਏ, ਉਹ ਵਾਕਈ ਗਾਰੰਟੀ ਹੋ ਜਾਏਗੀ, ਦੇਰ ਇਜ਼ ਨੋ ਸਰਟਨਿਟੀ ਕਿ ਹੋਏਗਾ। ਸੋ ਕਾਫੀ ਕੁਝ ਇਹਦੇ ਵਿੱਚ ਰਿਕੁਆਇਰਮੈਂਟ ਲਿਖੀ ਹੋਈ ਹੈ, ਮੈਂ ਹੌਲੀ ਹੌਲੀ ਸਕਰੋਲ ਕਰਕੇ, ਕਿਉਂਕਿ ਦੇਰ ਇਜ਼ ਅ ਲੋਟ ਆਫ ਇਨਫੋਰਮੇਸ਼ਨ ਹੀਅਰ, ਫਿਰ ਉਹਨਾਂ ਦੀ ਫੀਸ ਵੀ ਲੱਗਣੀ ਹੈ, ਫਲਾਣਾ ਲੱਗਣਾ, ਸਭ ਕੁਝ ਲਿਖਣਾ। ਸੋ ਇਸ ਕਰਕੇ ਇਹ ਸਾਰੀ ਇਹ ਤੁਸੀਂ ਗਾਈਡ ਹੈ ਨਾ, ਜਿਹੜੀ ਗਾਈਡ ਹੈ, ਇਹ ਗਾਈਡ ਤੁਸੀਂ ਪ੍ਰਿੰਟ ਕਰ ਲਓ, ਨਹੀਂ ਤੇ ਆਪਣੇ ਜਿਹੜੇ ਕੰਸਲਟੈਂਟ ਹੈ, ਜਿਹੜੇ ਚੰਡੀਗੜ੍ਹ ਵਾਲੇ ਕੰਸਲਟੈਂਟ, ਉਹਨਾਂ ਨੂੰ ਕਹਿਣਾ ਭਾਈ ਸਾਹਿਬ ਆਪਾਂ ਦੁਬਾਰਾ ਡਿਸਕਸ਼ਨ ਕਰਨਾ, ਇਹ ਗਾਈਡ ਮੈਨੂੰ ਪਤਾ ਲੱਗੀ ਹੈ, ਗਾਈਡ ਨੂੰ ਦੇਖ ਕੇ ਫਿਰ ਡਿਸਕਸ਼ਨ ਕਰੋ, ਫਿਰ ਡਿਸਾਈਡ ਕਰੋ। ਮੈਨੂੰ ਇਹ ਲੱਗਦਾ ਹੈ ਕਿ ਇਸ ਵਕਤ ਇਹ ਬਹੁਤ ਹੀ ਇੱਕ ਜਲਦਬਾਜ਼ ਜਿਹੜਾ ਡਿਸੀਜਨ ਹੋ ਸਕਦਾ ਹੈ ਕਿ ਵੀ ਤੁਸੀਂ ਸੋਚ ਰਹੇ ਹੋ ਕਿ ਇਕਦਮ ਇਨਵੈਸਟਰ ਵੀਜ਼ਾ ਬਣ ਜਾਣਾ। ਆਈ ਥਿੰਕ ਟੇਕ ਇਟ ਈਜ਼ੀ, ਹੌਲੀ ਹੌਲੀ ਚਲੋ, ਨਹੀਂ ਤੇ ਕਿਤੇ ਇਹ ਨਾ ਹੋ ਕਿ ਪੈਸਾ ਖਰਾਬ ਹੋ ਜਾਏ, ਵੀਜ਼ਾ ਰਿਫਿਊਜ਼ ਹੋ ਜਾਏ, ਟੂਰਿਸਟ ਵੀਜ਼ਾ। ਸੋ ਇਸ ਕਰਕੇ ਜਿੱਥੇ ਤੱਕ ਆਪਣੀ ਤੁਹਾਡੀ ਜੋ ਬੇਟੀ ਦਾ ਸਵਾਲ ਹੈ, 18 ਸਾਲ ਦੀ ਬੇਟੀ ਹੈ, ਐਡਮਿਸ਼ਨ ਹੋ ਗਿਆ ਉਹਦਾ ਕਿ ਐਡਮਿਸ਼ਨ ਹੋਣਾ ਹੈ? ਨਹੀਂ, ਉਹਦਾ ਲੋਕਡਾਊਨ ਕਰਕੇ 2 ਪੇਪਰ ਬਾਕੀ ਰਹਿ ਗਿਆ ਹੈ 12th ਦਾ। ਓਕੇ, ਸੋ ਜਦ ਵੀ ਐਡਮਿਸ਼ਨ ਹੋਏਗਾ, ਜਿਹੜੇ ਮਰਜ਼ੀ ਕਾਲਜ ਵਿੱਚ ਐਡਮਿਸ਼ਨ ਹੋ ਜਾਏਗੀ, ਵੈਨਕੂਵਰ ਸਰੀ ਏਰੀਆ ਵਿੱਚ ਕਾਫੀ ਕਾਲਜਸ ਹੈ, ਕਾਫੀ ਪੰਜਾਬੀ ਪਾਪੂਲੇਸ਼ਨ ਵੀ ਹੈ, ਤੇ ਉੱਥੇ ਉਹ ਆਪਣੇ ਆਪ ਹੀ ਗੂਗਲ ਤੇ ਜਾ ਕੇ ਯੂਨੀਵਰਸਿਟੀ ਜਾਂ ਕਾਲਜ ਸਰਚ ਕਰਕੇ ਆਪਣੇ ਆਪ ਹੀ ਆਨਲਾਈਨ ਕਰ ਸਕਦੀ ਹੈ। ਕਿਸੇ ਏਜੰਟ ਕੋਲ, ਕੰਸਲਟੈਂਟ ਕੋਲ ਪੈਸੇ ਦੇਣ ਦੀ ਲੋੜ ਨਹੀਂ ਹੈ, ਮਰਜ਼ੀ ਹੈ, ਜੇ ਕਰਾਉਣਾ ਹੈ ਤੇ ਕਰਾ ਲਓ, ਬਾਕੀ ਇਟਸ ਨਾਟ ਰਿਕੁਆਇਰਡ। ਆਪਣੇ ਆਪ ਹੀ ਐਡਮਿਸ਼ਨ ਲੈ, ਇੰਗਲਿਸ਼ ਇੰਗਲਿਸ਼ ਉਹਦੇ ਦੇ ਲਈ, ਇੰਗਲਿਸ਼ ਦਾ ਕਿੰਨਾ ਸਕੋਰ ਹੈ? ਹਾਂਜੀ, ਉਹਦਾ 6.5 ਬੈਂਡ ਓਵਰਆਲ ਹੈਗੇ, ਇੱਕ ਵਿੱਚ 5.5 ਹੈਗੇ ਰਾਈਟਿੰਗ ਵਿੱਚ, ਰਾਈਟ? ਹਾਂ, ਸੋ ਇੰਗਲਿਸ਼ 5.5 ਹੈਗੇ। ਸੋ ਇੰਗਲਿਸ਼ ਥੋੜੀ ਕਮਜ਼ੋਰ ਹੈ, ਇੰਗਲਿਸ਼ ਨੂੰ ਇੰਪਰੂਵ ਕਰੋ, ਜੇ ਇੰਗਲਿਸ਼ ਇੰਪਰੂਵ ਕਰੋਗੇ ਤੇ ਵਧੀਆ ਐਡਮਿਸ਼ਨ ਵੀ ਹੋਏਗਾ, ਤੇ ਵੀਜ਼ਾ ਚਾਂਸਸ ਵੀ ਕਾਫੀ ਬ੍ਰਾਈਟ ਹੋਣਗੇ। ਤੇ ਇੰਗਲਿਸ਼ ਮੈਂ ਸਮਝਦਾ ਕਿ ਇੰਗਲਿਸ਼ ਯੂ ਨੋ ਬਟ ਆਈ ਪ੍ਰੀਫਰ ਕਿ 7 ਹੋਣਾ ਚਾਹੀਦਾ, ਪਰ ਲੇਕਿਨ ਮਿਨੀਮਮ 6.5 ਆਈ ਥਿੰਕ ਇਸ ਐਬਸੋਲੂਟਲੀ ਮਿਨੀਮਲ। ਸੋ 6.5 ਈਚ ਆਪਣਾ ਕਰਨ ਦੀ ਕੋਸ਼ਿਸ਼ ਕਰੋ ਆਈਲੈਟਸ, ਤੇ ਫਿਰ ਆਪਣਾ ਕਾਲਜ ਐਡਮਿਸ਼ਨ ਕਰੋ, ਤੇ ਵੀਜ਼ਾ ਅਪਲਾਈ ਕਰੋ, ਸਟੱਡੀ ਵੀਜ਼ਾ, ਉਹਨੂੰ ਸਟੱਡੀ ਵੀਜ਼ਾ ਮਿਲ ਜਾਏਗਾ, ਕਿਉਂਕਿ ਅਗਰ ਦੇ ਉਹਦੇ ਮਾਰਕਸ ਵਧੀਆ ਆਉਣਗੇ ਇਨ ਗ੍ਰੇਡ 12 ਤੇ ਇੰਗਲਿਸ਼ ਅੱਛੀ ਹੈ, ਤੇ ਫਿਰ ਤੇ ਸਟੂਡੈਂਟ ਵੀਜ਼ਾ ਨੂੰ ਮਿਲ ਜਾਏਗਾ। ਮੇਰਾ ਮਸ਼ਵਰਾ ਤੁਹਾਨੂੰ ਸਿਰਫ ਇੰਨਾ ਹੈ ਕਿ ਤੁਸੀਂ ਆਪਣੀ ਬੇਟੀ ਦੇ ਬਾਰੇ, ਠੀਕ ਹੈ, ਉਹਨੂੰ ਭੇਜੋ, ਪੜ੍ਹਾਈ ਲਈ ਜਾਏਗੀ, ਕਰੇਗੀ, ਯੂ ਨੋ ਆਈ ਐਮ ਸ਼ੋਰ ਸ਼ੀ ਵਿਲ ਡੂ ਵੈਲ। ਉਹਦੇ ਬਾਅਦ ਤੁਸੀਂ ਫਿਰ ਉਹਨੂੰ ਪਹਿਲਾਂ ਸੈਟਲ ਹੋਣ ਦਿਓ, ਜਾ ਕੇ 1 ਮਹੀਨਾ, 2 ਮਹੀਨਾ, 1 ਸੈਮੈਸਟਰ ਸੈਟਲ ਹੋਣ ਦਿਓ, ਫਿਰ ਤੁਹਾਨੂੰ ਫੀਡਬੈਕ ਦੱਸੇਗੀ ਪਾਪਾ ਕਿ ਹਾਂ ਵੀ ਇਸ ਤਰ੍ਹਾਂ ਹਾਲਾਤ ਹੈ। ਫਿਰ ਤੁਸੀਂ ਇੱਕ ਟੂਰਿਸਟ ਵੀਜ਼ਾ ਅਪਲਾਈ ਕਰੋ, ਆਪਣੀ ਬੇਟੀ ਨੂੰ ਮਿਲਣ ਜਾਣਾ, ਠੀਕ ਹੈ? ਲੈਟ ਅਸ ਅਸਿਊਮ ਕਿ ਤੁਹਾਡੀ ਬੇਟੀ ਪੜ੍ਹ ਰਹੀ ਹੈ ਇਸ ਵਕਤ ਕੈਨੇਡਾ, ਤੇ ਤੁਸੀਂ 1 ਸੈਮੈਸਟਰ ਬਾਅਦ ਤੁਸੀਂ ਆਪਣੀ ਬੇਟੀ ਨੂੰ ਮਿਲ ਜਾਣਾ, ਕਿਉਂਕਿ ਬ੍ਰੇਕ ਹੁੰਦੇ ਆ ਕਈ ਵਾਰ, ਕੁਛ ਹੋਰ ਕੋਈ ਹੋਰ ਕੋਈ ਜਿਹੜੇ ਓਕੇਜ਼ਨ ਹੁੰਦੇ ਆ, ਜਿਸ ਤਰ੍ਹਾਂ ਕੋਈ ਕੈਨੇਡਾ ਡੇ ਹੈ, ਹੋਲੀਡੇ ਹੈ, ਸਮਥਿੰਗ, ਵਟ ਐਵਰ, ਜੋ ਵੀ ਕੁਛ ਹੋਏਗਾ, ਕ੍ਰਿਸਮਸ ਬ੍ਰੇਕ, ਜੋ ਵੀ ਕੁਛ ਹੋਏਗਾ, ਤੁਸੀਂ ਆਪਣੀ ਬੇਟੀ ਨੂੰ ਮਿਲ ਜਾਓਗੇ, ਬੇਟੀ ਨੂੰ ਵੀ ਦੇਖੋ, ਕਾਲਜ ਵੀ ਦੇਖੋ, ਅਤੇ ਨਾਲ ਜਾ ਕੇ ਘੁੰਮ ਫਿਰ ਕੇ ਲੋਕਾਂ ਨੂੰ ਮਿਲੋ। ਤੁਹਾਨੂੰ ਇੱਕ ਵਧੀਆ ਇੱਕ ਆਈਡੀਆ ਮਿਲੇਗਾ ਕਿ ਹਾਂ ਵੀ ਮੈਂ ਕਰਨਾ ਕੀ ਹੈ, ਮੈਂ ਵਾਕਈ ਇੱਥੇ ਰਹਿਣਾ ਹੈ, ਜਾਂ ਮੈਂ ਬੇਟੀ ਨੂੰ ਆਉਂਦੇ ਜਾਂਦੇ ਮੈਂ ਉਹਨਾਂ ਨੂੰ ਵਿਜ਼ਿਟ ਕਰਦਾ ਰਹਾਂਗਾ, ਅਤੇ ਬੇਟੀ ਆਟੋਮੈਟਿਕਲੀ ਆਫਟਰ 2-3 ਈਅਰਸ ਉਹ PR ਬਣ ਜਾਏਗੀ। ਮਾਈ ਦੈਟ ਮਾਈਟ ਬੀ ਦਾ ਬੈਸਟ ਆਈਡੀਆ।
ਮੈਨੂੰ ਲੱਗਦਾ ਨਹੀਂ ਹੈ ਕਿ ਇਸ ਵਕਤ ਤੁਸੀਂ ਇੰਨਾ ਵੱਡਾ ਕੈਪੀਟਲ ਰਿਸਕ ਲੈ ਕੇ ਇੰਨਾ ਵੱਡਾ ਇੱਕ ਆਪਣਾ ਕੈਪੀਟਲ ਇਨਵੈਸਟ ਕਰਕੇ ਸ਼ਾਇਦ ਉਹ ਬਿਜ਼ਨਸ ਚੱਲੇ ਨਾ ਚੱਲੇ ਫਿਰ ਕੀ ਹੋਏਗਾ। ਆਪਣੀ ਤੁਸੀਂ ਆਪਣੀ ਤੁਸੀਂ ਤਾਕਤ ਦੇਖਣੀ ਹੈ, ਬਦਨ ਦੀ ਕਿੰਨੀ ਤਾਕਤ ਹੈ, ਕਿੰਨਾ ਤੁਹਾਡੇ ਕੋਲ ਇੱਕ ਐਂਬੀਸ਼ਨ ਹੈ, ਕਿੱਦਾਂ ਕੰਮ ਕਰੋਗੇ, ਇਹ ਜਾ ਕੇ ਸਾਨੂੰ ਬੀਸੀ ਜਾ ਕੇ ਹੀ ਪਤਾ ਲੱਗੇਗਾ ਕਿ ਵੀ ਕਿੱਦਾਂ ਦੇ ਲੋਕ ਉੱਥੇ ਕੰਮ ਕਰਦੇ ਹੈ ਤੇ ਤੁਹਾਡਾ ਕੰਮ ਕਰਨਾ ਫਿਰ ਉਹ ਤਰੀਕਾ। ਸੋ ਮਾਈ ਐਡਵਾਈਸ ਟੂ ਯੂ ਇਸ ਕਿ ਜਲਦਬਾਜ਼ੀ ਨਾ ਕਰੋ, ਇਨਵੈਸਟਰ ਵੀਜ਼ਾ ਦਾ ਖਿਆਲ ਛੱਡ ਦਿਓ। ਇਸ ਵਕਤ ਜੋ ਤੁਹਾਨੂੰ ਮੈਂ ਡਾਕੂਮੈਂਟ ਦਿਖਾਇਆ ਹੈ ਉਸ ਡਾਕੂਮੈਂਟ ਨੂੰ ਤੁਸੀਂ ਆਪਣੇ ਬੇਟੀ ਨੂੰ ਕਹੋ ਕਿ ਪ੍ਰਿੰਟ ਕਰ ਲਓ, ਦੇ ਆਰ ਮੋਰ ਦੈਨ ਕਰੀਬ 80 ਪੇਜਿਸ ਹੈ, ਇੱਕ ਇੱਕ ਕਰਕੇ ਉਹਨੂੰ ਸਟੱਡੀ ਕਰੋ ਕਿ ਰਿਕੁਆਇਰਮੈਂਟ ਮੈਂ ਪੂਰੀ ਕਰ ਰਿਹਾ, ਮੇਰੇ ਪੁਆਇੰਟਸ ਕਿੰਨੇ ਬਣ ਰਹੇ, ਫਿਰ ਤੁਹਾਨੂੰ ਇੱਕ 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 ਰੀਅਲਿਸਟਿਕ ਐਗਜ਼ਾਇਜ਼ਾ ਲੱਗੇਗਾ ਕਿ ਵੀ ਹਾਂ ਬਈ ਦਿਸ ਇਜ਼ ਅ ਰੀਅਲ ਥਿੰਗ ਫੋਰ ਮੀ ਔਰ ਨਾਟ। ਜਿਸ ਤਰ੍ਹਾਂ ਬੀ ਸੀ ਹੈ ਉਸ ਤਰ੍ਹਾਂ ਸੈਸਕਚੁਆਨ ਵੀ ਹੈ, ਮੈਨੀਟੋਬਾ ਵੀ ਹੈ, ਹੋਰ ਸੂਬੇ ਹੈ ਜਿਹੜੇ ਕੈਨੇਡਾ ਦੇ, ਮੋਰ ਔਰ ਲੈਸ ਇਹਨਾਂ ਦੇ ਇਸ ਤਰ੍ਹਾਂ ਦੇ ਰਿਕੁਆਇਰਮੈਂਟਸ ਹੈ। ਸੋ ਅੱਜ ਦਾ ਜੋ ਐਡਵਾਈਸ ਤੁਹਾਨੂੰ ਮੈਂ ਦੇਣਾ ਸੀ ਕਿ ਤੁਸੀਂ ਇਨਵੈਸਟਰ ਵੀਜ਼ਾ ਦਾ ਖਿਆਲ ਇਸ ਵਕਤ ਪੋਸਟਪੋਨ ਕਰੋ, ਆਪਣੇ ਬੇਟੀ ਨੂੰ ਤੁਸੀਂ ਤਿਆਰ ਕਰਕੇ ਪਹਿਲਾਂ ਉਹਨੂੰ ਵਧੀਆ ਐਡਮਿਸ਼ਨ ਕਰਾ ਕੇ ਉਹਨੂੰ ਤੋਰੋ ਪਹਿਲਾਂ। ਅਸੀਂ ਜੇ ਪਹਿਲਾਂ ਟੂਰਿਸਟ ਵੀਜ਼ਾ ਲਵਾਈਏ ਤੇ ਉਹ ਠੀਕ ਹੈ ਜਾਂ ਨਹੀਂ ਲਵਾਉਣਾ ਚਾਹੀਦਾ ਸਟੱਡੀ ਵੀਜ਼ਾ ਲਵਾਉਣ ਤੋਂ ਪਹਿਲਾਂ? ਟੂਰਿਸਟ ਵੀਜ਼ਾ ਇਸ ਵਕਤ ਤੁਸੀਂ ਅਪਲਾਈ ਨਾ ਕਰੋ ਕਿਉਂਕਿ ਟੂਰਿਸਟ ਵੀਜ਼ਾ ਤੇ 3-4 ਮਹੀਨੇ ਤੱਕ ਮੁਸ਼ਕਿਲ ਹੈ ਮਿਲਣਾ ਕਿਸੇ ਨੂੰ, ਕਿਉਂਕਿ ਕੋਰੋਨਾ ਵਾਇਰਸ ਕਰਕੇ ਟਰੈਵਲ ਰੈਸਟ੍ਰਿਕਸ਼ਨ ਕਰਕੇ ਟੂਰਿਸਟ ਵੀਜ਼ਾ ਨਹੀਂ ਮਿਲੇਗਾ। ਮੇਰਾ ਜੋ ਇੱਕ ਇੰਪਾਰਸ਼ਲ ਓਪੀਨੀਅਨ ਇਸ ਤਰ੍ਹਾਂ ਹੈ ਕਿ ਅਗਰ ਤੁਹਾਡੀ ਬੇਟੀ ਪਹਿਲਾਂ ਚਲੀ ਗਈ, ਐਜ਼ ਅ ਪੇਰੈਂਟ ਤੁਹਾਨੂੰ ਹੱਕ ਹੈ ਕਿ ਆਪਣੀ ਬੇਟੀ ਨੂੰ ਮਿਲਣਾ, ਤੁਹਾਨੂੰ ਫਿਰ ਵੀਜ਼ਾ ਦੇ ਦੇਣਗੇ। ਅੱਜ ਦੀ ਡੇਟ 'ਚ ਅਗਰ ਤੁਸੀਂ ਆਪਣੇ ਬੇਟੀ ਦੇ ਜਾਣ ਤੋਂ ਪਹਿਲਾਂ ਹੀ ਅਗਰ ਵੀਜ਼ਾ ਅਪਲਾਈ ਕਰੋਗੇ, ਇਟ ਇਜ਼ ਵੈਰੀ ਗੁੱਡ ਚਾਂਸ ਕਿ ਤੁਹਾਨੂੰ ਮਨਾ ਕਰ ਦੇਣਗੇ। ਸੋ ਰਿਫਿਊਜ਼ਲ ਨਾ ਕਰਾਓ, ਬੇਟੀ ਨੂੰ ਪਹਿਲਾਂ ਜਾਣ ਦਿਓ, ਫਿਰ ਤੁਸੀਂ ਇਹ ਕਰਨਾ। ਠੀਕ ਹੈ, ਇਹਦਾ ਜਿਹੜਾ ਕਿਊਬੇਕ ਦਾ ਹੈਗਾ ਉੱਥੇ ਪੜ੍ਹਾਈ ਵਾਸਤੇ ਜਾਣਾ ਠੀਕ ਹੈ ਜਾਂ ਨਹੀਂ ਜਾਣਾ ਚਾਹੀਦਾ, ਕਿਊਬੇਕ ਦਾ ਅਰਜ਼ੀ ਕੀ ਹੋਵੇ? ਸਰ ਜੀ ਤੁਹਾਡੀ ਮਰਜ਼ੀ ਹੈ, ਕਿਊਬੈਕ ਹੋ, ਬੀ ਸੀ ਹੋ, ਸਾਰਾ ਕੈਨੇਡਾ ਹੀ ਹੈ, ਕੋਈ ਫਰਕ ਨਹੀਂ ਹੈ ਜ਼ਿਆਦਾ ਸੂਬਿਆਂ 'ਚ, ਐਕਸੈਪਟ ਕਿ ਦੇ ਸਪੀਕ ਫਰੈਂਚ, ਉੱਥੇ ਫਰੈਂਚ ਜ਼ਿਆਦਾ ਬੋਲਦੇ ਹੈ, ਲੇਕਿਨ ਪੰਜਾਬੀ ਪਾਪੂਲੇਸ਼ਨ ਉੱਥੇ ਵੀ ਬਹੁਤ ਹੈ। ਗੱਲ ਤਾਂ ਹੈ ਕਿ ਵੀ ਗੱਲ ਐਕਚੁਲੀ ਸੂਬੇ ਦੀ ਨਹੀਂ ਹੈ, ਗੱਲ ਤਾਂ ਹੈ ਕਿ ਵੀ ਉਹਦਾ ਸਕੋਰ ਕਿੰਨਾ ਹੈ, ਉਹਦੇ ਮਾਰਕਸ ਕਿੰਨੇ ਹੈ, ਕਿਹੜਾ ਸਬਜੈਕਟ ਉਹ ਪੜ੍ਹੇਗੀ, ਇੰਗਲਿਸ਼ ਕਿੰਨੀ ਹੈ, ਉਹ ਜ਼ਿਆਦਾ ਮੈਟਰ ਕਰਦਾ ਹੈ ਕਿ ਵੀ ਕਿੱਥੇ ਜਾਣਾ ਨਹੀਂ ਜਾਣਾ। ਹਾਂ, ਕੁਛ ਸੂਬੇ ਇਸ ਤਰ੍ਹਾਂ ਹੈ ਕਿ ਜਿਹੜਾ ਤੁਸੀਂ ਇਮੀਡੀਏਟਲੀ ਪੜ੍ਹਾਈ ਕਰਨ ਦੇ ਬਾਅਦ, ਜਿੱਥੇ ਮੈਂ ਰਹਿਣਾ, ਫੋਰ ਐਗਜ਼ਾਮਪਲ ਇਨ ਐਲਬਰਟਾ, ਜੇ ਅਗਰ ਸਟੂਡੈਂਟ ਇੱਥੇ ਡਿਪਲੋਮਾ ਕਰਨ ਦੇ ਬਾਅਦ ਫਿਰ ਉਹ ਵਰਕ ਪਰਮਿਟ ਲੈਂਦਾ ਹੈ, ਵਰਕ ਪਰਮਿਟ ਦੇ ਬਾਅਦ ਇਮੀਡੀਏਟਲੀ 6 ਮੰਥਸ ਬਾਅਦ ਉਹਦੀ PR ਲੱਗ ਜਾਂਦੀ, ਜਿਹੜਾ ਇਮੀਗ੍ਰੇਸ਼ਨ ਲੱਗ ਜਾਂਦੀ ਹੈ। ਸੋ ਹਰੇਕ ਸੂਬੇ ਦਾ ਇੱਕ ਪ੍ਰੋਜ਼ ਐਂਡ ਕੌਨਸ ਹੈ ਐਜ਼ ਫਾਰ ਐਜ਼ ਇਮੀਗ੍ਰੇਸ਼ਨ ਇਜ਼ ਕੰਸਰਨਡ, ਬਾਕੀ ਇਹ ਸਾਰਾ ਕੈਨੇਡਾ, ਇੱਥੇ ਕੋਈ ਫਰਕ ਨਹੀਂ ਹੈ। ਹਾਂ ਨਹੀਂ, ਮਤਲਬ ਉਹ ਕਹਿੰਦੇ ਨੇ ਵੀ ਉੱਥੇ PR ਜਲਦੀ ਹੁੰਦੀ ਹੈ, ਬਈ ਫ੍ਰੈਂਚ ਸਿੱਖਣੀ ਪੈਗੀ, ਬਾਕੀ PR ਜਲਦੀ ਹੋ ਜਾਂਦੀ ਹੈ ਤੇ ਫੀਸ ਵੀ ਘੱਟ ਹੈਗੀ। ਸਰ ਉਹਦੇ ਬਾਰੇ ਆਪਦੀ ਕੀ ਗੱਲ? ਸਰ ਜੀ ਇਹ ਮਰਜ਼ੀ ਹੈ, ਮੈਂ ਸਮਝਦਾ ਕਿ ਇਸ ਵਕਤ ਫਰੈਂਚ ਦੇ ਬਾਰੇ ਛੱਡ ਕੇ ਤੁਸੀਂ ਪਹਿਲਾਂ ਆਪਣਾ ਇੰਗਲਿਸ਼ ਦਾ ਟੈਸਟ ਦਿਓ, ਪਹਿਲਾਂ ਇਹ ਤੇ ਦੇਖੀਏ ਕਿ ਇੰਗਲਿਸ਼ ਦਾ ਸਕੋਰ ਕਿੰਨਾ ਹੈ, ਆਪਾਂ ਫਰੈਂਚ ਦੇ ਬਾਰੇ ਬਾਅਦ 'ਚ ਸਿੱਖਾਂਗੇ, ਪਹਿਲਾਂ ਇੰਗਲਿਸ਼ ਦੇ ਪਤਾ ਆ ਜਾਈਏ। ਠੀਕ ਹੈ। ਬਾਕੀ ਜਿਹੜੇ ਵਰਕ ਵੀਜ਼ਾ ਵਗੈਰਾ ਹੁੰਦੇ ਨੇ ਉਹ ਦਾ ਥੋੜਾ ਕੁਝ ਪਤਾ ਲੱਗਦਾ ਹੈ ਕਿਵੇਂ ਹੁੰਦਾ ਹੈ, ਕਿਉਂਕਿ ਇੱਥੇ ਤਾਂ ਸਾਰਾ ਗੋਲਮੋਲ ਚੱਲ ਰਿਹਾ ਵਰਕ ਵੀਜ਼ੇ ਦਾ ਕੰਮ? ਇੱਥੇ ਗੋਲਮੋਲ ਚੱਲ ਰਿਹਾ? ਬੜੀ ਮੇਨ ਗੋਲਮੋਲ ਚੱਲ ਰਿਹਾ। ਪਿਛਲੇ 2-2.5 ਸਾਲ ਤੋਂ ਦੁਨੀਆ ਭਰ ਦੇ ਜਿਹੜੇ ਲੋਕ ਹੈ, ਨਾਟ ਓਨਲੀ ਫਰਮ ਇੰਡੀਆ, ਦੁਨੀਆ ਭਰ ਦੇ ਲੋਕ ਮੈਨੂੰ ਕਾਲ ਕਰਦੇ ਹੈ, ਮੈਨੂੰ ਪੁੱਛਦੇ ਹੈ ਕਿ ਮੈਨੂੰ ਇਹ ਜੋਬ ਆਫਰ ਮਿਲੀ ਹੈ, ਇਹ ਫਲਾਨਾ ਮੇਰੇ ਕੋਲ ਲੈਟਰ ਅਪੋਇੰਟਮੈਂਟ ਆ ਗਿਆ। ਅੱਜ ਤੱਕ ਮੈਨੂੰ ਕੋਈ ਉਹਦੇ ਵਿੱਚ ਕੋਈ ਅਸਲੀ ਚੀਜ਼ ਨਹੀਂ ਮਿਲੀ, ਸਾਰੇ ਫਰਜ਼ੀ ਲੋਕ ਬਣਾ ਬਣਾ ਕੇ ਇੱਕ ਦੂਜੇ ਨੂੰ ਔਫਰ ਕਰ ਰਹੇ ਹੈ। ਜਿਹੜਾ ਤੁਸੀਂ ਕਿਹਾ 30,000 rupees ਦੇ ਦਿਓ, ਕੋਈ ਕਹਿ ਰਿਹਾ 40,000 ਦੇ ਦਿਓ, ਉਹ ਏਜੰਟ ਇਸ ਤਰ੍ਹਾਂ ਦੀ ਕਮਾਈ ਕਰ ਜਾ ਰਹੇ ਹੈ, ਕਿਉਂਕਿ ਜਿਹੜੇ ਇੰਡੀਆ ਬੈਠੇ ਆ ਉਹਨਾਂ ਨੂੰ ਪਤਾ ਨਹੀਂ ਕਿ ਵੀ ਜੋਬ ਔਫਰ ਕਿੱਦਾਂ ਦਾ ਹੁੰਦਾ ਹੈ, ਕਿਸ ਤਰ੍ਹਾਂ ਦੀ ਉਹਦੇ LMIA ਦੀ ਕਾਪੀ, ਕਿਸ ਤਰ੍ਹਾਂ ਦੀ ਉਹਦੀ ਫਾਰਮੈਟਿੰਗ ਹੈ, ਜਾਂ ਵੀਜ਼ਾ ਦੀ ਕੋਈ ਸ਼ਕਲ ਕਿਸ ਤਰ੍ਹਾਂ, ਉਹਨਾਂ ਨੂੰ ਪਤਾ ਨਹੀਂ ਹੈ, ਏਜੰਟ ਉੱਦਾਂ ਇੱਕ ਦੂਜੇ ਨੂੰ ਚੂਨਾ ਲਗਾਏ ਜਾ ਰਹੇ। ਸੋ ਇਸ ਕਰਕੇ ਜੋਬ ਔਫਰ ਦੇ ਬਾਰੇ, ਵਰਕ ਪਰਮਿਟ ਦੇ ਬਾਰੇ ਇਸ ਵਕਤ ਤੁਹਾਨੂੰ ਸੋਚਣ ਦੀ ਲੋੜ ਨਹੀਂ ਹੈ, ਤੁਹਾਨੂੰ ਜੋਬ ਔਫਰ ਦੀ ਲੋੜ ਨਹੀਂ ਹੈ, ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਤੁਹਾਡੇ ਕੋਲ ਪੈਸਾ ਹੈ, ਤੁਸੀਂ ਆਪਣਾ ਬਿਜ਼ਨਸ ਕੰਟੀਨਿਊ ਕਰੋ। ਬੇਟੀ ਇੱਕ ਹੋਈ ਹੈ ਕਿ ਹੋਰ ਬੱਚੇ ਹੈ? ਨਹੀਂ, 2 ਬੇਟੀਆਂ, ਇੱਕ ਨੌਵੀਂ ਪੜ੍ਹ ਰਹੀ ਹੈ। ਓਕੇ, ਸੋ ਉਹ ਛੋਟੀ ਹੈ, ਦੈਟਸ ਓਕੇ, ਜਸਟ ਲੈਟ ਹਰ ਬੀ ਐਟ 9th ਨਾਓ। ਸੋ ਸਿਰਫ ਅੱਜ ਦਾ ਜੋ ਤੁਹਾਨੂੰ ਜੋ ਅੱਜ ਅੱਜ ਦਾ ਜਿਹੜਾ ਟੇਕ ਅਵੇ ਐਡਵਾਈਸ ਹੈ, ਅੱਜ ਜਿਹੜਾ ਐਡਵਾਈਸ ਤੁਸੀਂ ਇਸ ਡਿਸਕਸ਼ਨ ਤੋਂ ਲੈ ਕੇ ਜਾਣੀ ਮੇਰੇ ਤੋਂ,
ਬਾਕੀ ਗੱਲਾਂ ਨੂੰ ਸਾਰਾ ਤੁਸੀਂ ਤਿਆਗ ਕਰ ਦਿਓ, ਸਿਰਫ ਫੋਕਸ ਕਰੋ ਕਿ ਬੇਟੀ ਦੇ ਮਾਰਕਸ ਵਧੀਆ ਆਣਗੇ, ਗ੍ਰੇਡ 12 ਮਾਰਕਸ ਉਹਦੇ ਮਾਰਕਸ ਉਹਦੇ ਅਕੋਰਡਿੰਗ ਟੂ ਮੀ ਉਹਦੇ ਮਾਰਕਸ ਆਉਣੇ ਚਾਹੀਦੇ ਆ 70+ 80+ ਪਰਹੈਪਸ ਪ੍ਰੈਫਰਬਲੀ, ਅਤੇ ਪਲੱਸ ਉਹਦੀ ਇੰਗਲਿਸ਼ ਦੀ ਤਿਆਰੀ ਕਰੋ, ਇੰਗਲਿਸ਼ ਦਾ ਆਈਲੈਟਸ ਦੀ ਵੀ ਸਕੋਰ ਲਿਆਓ, ਅਗਰ ਆਈਲੈਟਸ ਨਹੀਂ ਚੱਲਿਆ ਤਾਂ ਡੂਓਲਿੰਗੋ ਦੇ ਲਓ, ਐਟਲੀਸਟ ਸ਼ੀ ਵਿਲ ਹੈਵ ਸਮਥਿੰਗ। ਸੋ ਉਹ ਕਰਨ ਦੇ ਬਾਅਦ ਫਿਰ ਇੱਕ ਵਧੀਆ ਯੂਨੀਵਰਸਿਟੀ ਵਧੀਆ ਕਾਲਜ ਜਾ ਕੇ ਇੱਕ ਵਧੀਆ ਇੱਕ ਡਿਗਰੀ ਕਰੋ, ਦੈਟ ਇਜ਼ ਦੀ ਬੈਸਟ ਇਨਵੈਸਟਮੈਂਟ ਤੁਹਾਡੇ ਜਿਹੜੇ ਬਾਕੀ ਇਨਵੈਸਟਮੈਂਟ ਦੀ ਮੈਂਗੋ ਫਾਰਮ ਔਰ ਡਿਸਟ੍ਰੀਬਿਊਸ਼ਨ ਜਿਹੜੇ ਬਿਜ਼ਨਸ ਨੂੰ ਸਾਰੇ ਤੁਹਾਡਾ ਜਿਹੜਾ ਸਭ ਤੋਂ ਵਧੀਆ ਬਿਜ਼ਨਸ ਜਿਹੜਾ ਇਨਵੈਸਟਮੈਂਟ ਹੈ ਉਹ ਤੁਹਾਡੀ ਬੇਟੀ ਹੈ। ਅਗਰ ਬੇਟੀ ਦਾ ਫਿਊਚਰ ਅਗਰ ਮੁਕੰਮਲ ਹੋ ਗਿਆ, ਉਹਦਾ ਮੁਸਤਕਬਿਲ ਅਗਰ ਸਟਰੋਂਗ ਨਿਕਲਿਆ ਅੱਜ ਬੇਸਡ ਔਨ ਦੀਸ ਥਿੰਗਸ, ਅਤੇ ਉਹ ਤੁਹਾਡੇ ਬੈਸਟ ਇਨਵੈਸਟਮੈਂਟ ਤੁਹਾਨੂੰ ਰਿਟਰਨ ਦੇ ਕੇ ਜਾਏਗਾ, ਉਹਦੇ ਬੇਸ 'ਤੇ ਉਹ PR ਵੀ ਹੋਏਗੀ, ਇਨ ਫਿਊਚਰ ਤੁਹਾਨੂੰ ਸਪੋਂਸਰ ਵੀ ਕਰੇਗੀ, ਤੁਹਾਨੂੰ ਪੈਸੇ ਲਾਉਣ ਦੀ ਲੋੜ ਨਹੀਂ ਹੈ, ਜਦੋਂ ਉਹ ਪੱਕੀ ਹੋ ਜਾਏਗੀ ਅਤੇ ਤੁਹਾਨੂੰ ਵੀ ਆਪਣੇ ਐਜ਼ ਅ ਪੇਰੈਂਟ ਤੁਹਾਨੂੰ ਉਹ PR ਕਰਵਾ ਸਕਦੀ ਹੈ। ਮੀਨਵਾਈਲ ਤੁਸੀਂ ਵਿਜ਼ਿਟ ਵੀਜ਼ਾ ਲੈ ਕੇ ਜਾ ਕੇ ਉਹਨਾਂ ਨੂੰ ਘੁੰਮ ਫਿਰ ਜਾ ਕੇ ਉਹਨਾਂ ਨੂੰ ਮਿਲ ਸਕਦੇ ਹੋ। ਦੈਟ ਇਜ਼ ਮਾਈ ਬੈਸਟ ਐਡਵਾਈਸ ਫੋਰ ਯੂ ਰਾਈਟ ਨਾਓ, ਸਸਤੀ ਐਂਡ ਟਿਕਾਊ ਸਕੀਮ ਹੈ, ਕੋਈ ਖਰਚਾ ਨਹੀਂ ਹੋਣਾ, ਕੁਛ ਨਹੀਂ ਹੋਣਾ, ਬੇਟੀ 'ਤੇ ਫੋਕਸ ਕਰੋ ਬਸ। ਠੀਕ ਹੈ ਜੀ, ਤੇ ਜਿਹੜੀ ਨੌਵੀਂ ਪੜ੍ਹ ਰਹੀ ਹੈ ਬੱਚੀ, ਉਹਨਾਂ ਦਾ ਵੀ ਕੋਈ ਹੁੰਦਾ ਵੀ ਉੱਥੇ ਜਾ ਕੇ ਨੌਵੀਂ ਪੜ੍ਹ ਸਕਦੀ ਹੈ? ਪੜ੍ਹ ਤਾਂ ਸਕਦੀ ਹੈ, ਲੇਕਿਨ ਖਰਚਾ ਬਹੁਤ ਹੋਏਗਾ, ਕਰੀਬ ਕਰੀਬ $12,000-13,000 ਸਾਲ ਲੱਗ। ਇਸ ਵਕਤ ਮੈਂ ਨਹੀਂ ਤੁਹਾਨੂੰ ਇੱਕ ਸਲਾਹ ਦਿੰਦਾ ਕਿ ਬੇਟੀ ਜਿਹੜੀ 9th ਗ੍ਰੇਡ ਵਾਲੀ ਬੇਟੀ ਨੂੰ ਤੁਸੀਂ ਡਿਸਟਰਬ ਕਰੋ, ਉਹਨੂੰ ਪੜ੍ਹਨ ਦਿਓ, ਦੋ ਸਾਲ 3 ਸਾਲ ਉਹ ਪੜ੍ਹ ਲਏਗੀ, ਜਦ ਤੱਕ ਜਿਹੜੀ ਵੱਡੀ ਜਿਹੜੀ ਸਿਸਟਰ ਹੈ ਉਹ ਵੀ ਪੱਕੀ ਹੋ ਜਾਏਗੀ, ਆ ਮੇ ਬੀ ਸ਼ੀਲ ਗੈਟ ਅ ਜੋਬ ਐਟਲੀਸਟ, ਅਤੇ ਉੱਥੋਂ ਪਤਾ ਲੱਗ ਜਾਏਗਾ ਕਿ ਵੀ ਕਿੱਥੇ ਪੜ੍ਹਨਾ ਕੀ ਕਰਨਾ। ਸੋ ਛੋਟੀ ਵਾਲੀ ਬੇਟੀ ਨੂੰ ਹਾਲੇ ਛੇੜਨਾ। ਠੀਕ ਹੈ, ਬਾਕੀ ਆਪ ਜੀ ਜਿਹੜੇ ਵੀ ਆਪਣੇ ਇਹ ਟੂਰਿਸਟ ਵਗੈਰਾ ਵੀਜ਼ਾ ਆ, ਇਹ ਵੀ ਸਾਰਾ ਆਪ ਜੀ ਕਰਦੇ ਹੋ ਇਮੀਗ੍ਰੇਸ਼ਨ ਦਾ ਕੰਮ ਕਿ ਉਹ ਨਹੀਂ ਕਰਦੇ ਹੋ? ਸਰ ਜੀ ਮੈਂ ਸਾਰੇ ਕੰਮ ਕਰਦਾ, ਮੈਨੂੰ ਲਾਇਸੈਂਸ ਮਿਲੇ ਕੈਨੇਡੀਅਨ ਗਵਰਨਮੈਂਟ ਤੋਂ, ਮਾਨਤਾ ਪ੍ਰਾਪਤ ਲਾਇਸੈਂਸ ਮੇਰੇ ਕੋਲ ਹੈ ਪਿਛਲੇ 2012 8 ਸਾਲ ਹੋ ਜਾਣਗੇ ਇਸ ਸਾਲ, ਅਤੇ ਮੈਂ ਸਾਰੀ ਐਪਲੀਕੇਸ਼ਨ ਮੈਂ ਕਰਦਾ, ਲੇਕਿਨ ਮੇਰਾ ਪ੍ਰਾਇਮਰੀ ਫੋਕਸ ਹੈ ਲੋਕਾਂ ਨੂੰ ਐਜੂਕੇਸ਼ਨ ਦੇਣਾ, ਲੋਕਾਂ ਨੂੰ ਸਹੀ ਮਾਰਗ ਦਰਸ਼ਨ ਕਰਕੇ ਉਹਨਾਂ ਨੂੰ ਸਹੀ ਐਡਵਾਈਸ ਦੇਣਾ, ਕਿਉਂਕਿ ਜਿਸ ਤਰ੍ਹਾਂ ਹੁਣ ਤੁਸੀਂ ਕਿਸੇ ਏਜੰਟ ਨੇ ਤੁਹਾਨੂੰ ਕੋਈ ਗੁੰਮਰਾਹ ਕਰ ਲਿਆ, ਤੁਹਾਨੂੰ ਇੰਪ੍ਰੈਸ ਕਰਤਾ ਸੀ ਆਹ ਕਰ ਲਓ, ਅਤੇ ਬਹੁਤ ਹੀ ਈਜ਼ੀਲੀ ਤੁਹਾਡੇ ਤੋਂ ਪੈਸੇ ਲੈ ਕੇ ਕੁਛ ਨਾ ਕੁਛ ਉਹ ਤੁਹਾਨੂੰ ਫਸਾ ਸਕਦੇ ਸੀ, ਕੰਮ ਹੋਣਾ ਨਹੀਂ ਹੋਣਾ ਏਜੰਟਾਂ ਨੇ ਆਪਣੀ ਕਮਾਈ ਕਰ ਲੈਣੀ ਸੀ। ਸੋ ਮੇਰਾ ਫੋਕਸ ਇਹ ਨਹੀਂ ਹੈ ਕਿ ਮੈਂ ਐਪਲੀਕੇਸ਼ਨ ਤੁਹਾਡੀ ਕਰਨੀ ਹੈ, ਤੁਸੀਂ ਮੇਰੇ ਤੋਂ ਐਪਲੀਕੇਸ਼ਨ ਕਰਾਓ ਨਾ ਕਰਾਓ ਮੈਨੂੰ ਕੋਈ ਫਰਕ ਨਹੀਂ ਪੈਂਦਾ, ਸਾਡਾ ਦਾਲ ਫੁਲਕਾ ਚੱਲ ਰਿਹਾ। ਐਪਲੀਕੇਸ਼ਨ ਮੈਂ ਕਰ ਸਕਦਾ, ਮੈਂ ਬਹੁਤ ਐਪਲੀਕੇਸ਼ਨ ਕਰਦਾ ਵੀ ਹਾਂ, ਲੇਕਿਨ ਮੇਰਾ ਜੋ ਇੱਕ ਏਰੀਆ ਆਫ ਇੰਟਰਸਟ ਹੈ ਐਪਲੀਕੇਸ਼ਨ ਦਾ, ਉਹ ਮੈਂ ਕਰਦਾ ਜ਼ਿਆਦਾ ਅਪੀਲ ਐਪਲੀਕੇਸ਼ਨ, ਜਿੱਥੇ ਰਿਫਿਊਜ਼ਲ ਹੈ, ਜਿੱਥੇ ਕੋਈ ਆਰਗੂਮੈਂਟ ਕਰਨਾ ਹੈ ਕੋਰਟ ਵਿੱਚ, ਇਮੀਗ੍ਰੇਸ਼ਨ ਰਿਫਿਊਜੀ ਬੋਰਡ, ਇਸ ਤਰ੍ਹਾਂ ਦੀ ਕੋਈ ਆਰਗੂਮੈਂਟ ਕਰਨੀ ਹੈ, ਉਸ ਤਰ੍ਹਾਂ ਦੇ ਕੇਸਿਸ ਮੈਂ ਜ਼ਿਆਦਾ ਪ੍ਰੀਫਰ ਕਰਦਾ, ਨੰਬਰ 1। ਨੰਬਰ 2, ਮੇਰਾ ਜੋ ਵੀ ਪਿਛਲੇ 2 ਸਾਲ ਤੋਂ ਜ਼ਿਆਦਾ ਤੋਂ ਜ਼ਿਆਦਾ ਮੇਰੇ ਕੇਸਿਸ ਆ ਰਹੇ ਹੈ ਮੈਰਿਜ ਵਾਲੇ, ਜਿਹੜੇ ਸਪਾਊਸ ਵਾਲੇ ਮੈਰਿਜ ਵਾਲੇ ਕੇਸਿਸ ਹੈ, ਉਹ ਮੈਂ ਜ਼ਿਆਦਾ ਇਸ ਵੇਲੇ ਕਰ ਰਿਹਾ। ਬਾਕੀ ਆਈ ਕੈਨ ਡੂ ਇਨਵੈਸਟਰ ਵੀਜ਼ਾ ਐਪਲੀਕੇਸ਼ਨ ਆਲਸੋ, ਆਈ ਹੈਵ ਨੋ ਪ੍ਰੋਬਲਮ, ਆਲ ਓਵਰ ਕੈਨੇਡਾ ਜਿੱਥੇ ਮਰਜ਼ੀ ਮੈਂ ਕਰ ਸਕਦਾ, ਲੇਕਿਨ ਫਿਰ ਮੈਂ ਘੁੰਮ ਫਿਰ ਕੇ ਤੁਹਾਡੇ ਮੈਂ ਉਸੇ ਸਵਾਲ 'ਤੇ ਆ ਗਿਆ ਕਿ ਤੁਸੀਂ ਇਸ ਵਕਤ ਨਾ ਇਨਵੈਸਟਰ ਵੀਜ਼ਾ ਐਪਲੀਕੇਸ਼ਨ ਕਰਨੀ ਹੈ, ਨਾ ਤੁਸੀਂ ਵਿਜ਼ਟਰ ਵੀਜ਼ਾ ਐਪਲੀਕੇਸ਼ਨ ਕਰਨੀ ਹੈ, ਤੁਸੀਂ ਦੋਨੋਂ ਐਪਲੀਕੇਸ਼ਨ ਕੋਈ ਨਹੀਂ ਕਰਨੀ, ਚੁੱਪ ਕਰਕੇ ਬੈਠੋ ਉੱਥੇ ਆ ਕੇ, ਆਪਣਾ ਅੰਮ੍ਰਿਤਸਰ ਬੈਠੇ ਹੋ ਤੁਸੀਂ, ਕੀਰਤਨ ਸੁਣੋ, ਈਜ਼ੀ ਟੇਕ ਇਟ ਈਜ਼ੀ, ਆਪਣੀ ਬੇਟੀ ਨੂੰ ਤੁਸੀਂ ਤਿਆਰੀ ਕਰਾਓ, ਉਹਦੀ ਇੰਗਲਿਸ਼ ਉਹਨੂੰ ਅਗਰ ਇੰਗਲਿਸ਼ ਉਹਦੀ 6.5 ਈਚ ਆ ਗਈ ਐਟਲੀਸਟ ਈਚ, ਐਂਡ ਉਹਦੇ ਕੋਲ 70% ਜਾਂ 75% ਗ੍ਰੇਡ ਅਗਰ 12-12ਵੀਂ ਵਿੱਚ ਆ ਗਏ, ਤੁਸੀਂ ਇਹ ਤੁਸੀਂ ਮੰਨ ਕੇ ਚੱਲੋਗੇ, ਤੁਸੀਂ ਤੁਹਾਨੂੰ ਖਜ਼ਾਨਾ ਮਿਲ ਜਾਏਗਾ, ਤੁਹਾਨੂੰ ਇਸ ਤੋਂ ਵਧੀਆ ਮੈਂਗੋ ਫਾਰਮ ਦੀ ਜਿਹੜਾ ਮਿੱਠੇ ਦੁਸ਼ਹਿਰੀ ਆਮ ਦੀ ਪ੍ਰੋਡਿਊਸ ਤੁਹਾਨੂੰ ਕਿਤੇ ਮਿਲ ਨਹੀਂ ਸਕਦੀ। ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਆਪ ਜੀ ਜਿੰਨਾ ਗਾਈਡੈਂਸ ਦਿੰਦੇ ਹੋ, ਇੰਨਾ ਕਲੀਅਰ ਗਾਈਡੈਂਸ ਕੋਈ ਨਹੀਂ ਦਿੰਦਾ ਹੈ, ਅਤੇ ਅਸੀਂ ਜਿਹੜਾ ਵੰਡ ਕੇ ਛਕਣਾ ਗੁਰੂ ਮਹਾਰਾਜ ਕਹਿ ਕੇ ਗਏ ਨੇ, ਉਹ ਗੱਲ ਤੁਸੀਂ ਸਾਕਾਰ ਕਰ ਦਿੱਤੀ ਹੈ, ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ। ਸਰ ਜੀ ਥੈਂਕ ਯੂ ਵੈਰੀ ਮਚ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਅਤੇ ਬਹੁਤ ਹੋਰ ਵੀ ਲੋਕਾਂ ਦਾ ਜਿਹਨਾਂ ਨੇ ਮੇਰੇ ਨਾਲ ਗੱਲ ਕੀਤੀ ਪਹਿਲਾਂ ਅਤੇ ਐਡਵਾਈਸ ਲਈ ਹੈ, ਅੱਜ ਬਹੁਤ ਲੋਕ ਆ ਕੇ ਕੈਨੇਡਾ ਆ ਕੇ ਰਹਿ ਰਹੇ ਹੈ ਜਾਂ ਜਿਹੜੇ ਫਰੋਡ ਤੋਂ ਬਚ ਗਏ। ਸੋ ਮੈਨੂੰ ਲੱਗਦਾ ਹੈ ਕਿ ਮੇਰਾ ਜੋ ਇਹ ਮੇਰਾ ਸਿਰਫ ਪ੍ਰੋਫੈਸ਼ਨ ਹੀ ਨਹੀਂ ਹੈ, ਮੇਰਾ ਪੈਸ਼ਨ ਵੀ ਹੈ, ਮੇਰਾ ਸ਼ੌਕ ਹੈ ਇਮੀਗ੍ਰੇਸ਼ਨ। ਮੈਂ ਪਿਛਲੇ ਮੈਨੂੰ 26 ਸਾਲ ਹੋ ਗਏ ਹੈ ਮੈਂ ਇੰਡੀਆ ਤੋਂ ਬਾਹਰ ਰਹਿਣਾ ਇਸ ਵਕਤ, ਅਤੇ ਕਈ ਮੈਂ ਕੰਟਰੀ ਘੁੰਮੀ ਹੋਈ ਹੈ, ਕਈ ਇਮੀਗ੍ਰੇਸ਼ਨ ਸਿਸਟਮ ਮੈਂ ਸਾਰੇ ਇਗਜ਼ਾਮ ਕੀਤੇ ਹੈ, ਪੜ੍ਹਾਈਆਂ ਕੀਤੀਆਂ ਇਮੀਗ੍ਰੇਸ਼ਨ ਦੇ ਬਾਰੇ। ਸੋ ਮੈਨੂੰ ਇਹ ਲੱਗਦਾ ਹੈ ਕਿ ਮੇਰਾ ਜਨਮ ਹੀ ਹੋਇਆ ਹੈ ਇਮੀਗ੍ਰੇਸ਼ਨ ਕੰਮ ਕਰਨ ਲਈ, ਹੋਰ ਕੋਈ ਕੰਮ ਮੈਨੂੰ ਆਉਂਦਾ ਹੀ ਨਹੀਂ ਹੈ ਨਾ ਮੈਂ ਕਰ ਸਕਦਾ।
बहुत बहुत बढ़िया उपराला है, बहुत खुशी हुई। आप जी इंडिया कदों आना है आपने? सर जी तुसी जब बुलाओगे आ जाएंगे, मैं तो कोरोना वायरस करके नहीं आ सके, अदरवाइज मेरी तो फ्लाइट सी पहले ही फरवरी नू, आई हैड टू कैंसल इट बिकॉज ऑफ कोरोना। बाकी मैं मेरे इंडिया दो गेड़े लगते ही लगते हैं, टिपिकली दो बार मैं जरूर विजिट करता इंडिया। इंडिया आना मैनू बहुत वधिया लगता है, तो इंडिया आके मैनू ये लगता है कि मैं अपनी मिट्टी से आ गया, तो यू नो आई आई फील फील ग्रेट ग्रेट एंड हैप्पी अबाउट इट। पर मैं भी वेट कर रहा हूँ कि ये सारा खुले, ते डेफिनेटली आके हाँ आके मैं दशहरी, अब मेरा फेवरेट है बाय द वे, तुसी मैंगो से मैंगो दे गल कीती सी, मैंगो सो मैं दशहरी हम इत्थे कनेडा बहुत मिस कर रहे हैं, क्योंकि कनेडा कनेडा दे पूरे पूरे ऑल ओवर कनेडा, जेडे लोग कनेडा मेरी गलबात सुन रहे हैं वो तुहानू सर्टिफाई कर सकते हैं कि पूरे कनेडा च अंब जेडे है ना वो मिलते, तो होर तरह तरह अंब है, कोई मैक्सीको दे हवाई दे, लेकिन दशहरी अंब वर्गा अंब पूरे कनेडा च नहीं है। इत्थे कनेडा तुसी आके PR भी ले लोगे, तुसी पक्के भी हो जाओगे, तुसी घर भी ले लोगे, तुसी पासपोर्ट भी ले लोगे, कनाडा विच तुसी खुशहाल हो जाओगे, लेकिन दशहरी आम जिहड़ा इंडिया दा है ना उत्थे नहीं मिल नहीं सकदा। ਸਾਨੂੰ ਉੱਥੇ ਬੁਲਾ ਰਹੇ ਹੋ, ਅਸੀਂ 500 ਪ੍ਰਕਾਰ ਦੇ ਅੰਬ ਆਪ ਜੀ ਨੂੰ ਖਵਾਵਾਂਗੇ। ਓਕੇ ਓਕੇ ਵਾਹ ਥੈਂਕ ਯੂ, 500 ਕੁਆਲਿਟੀ ਖਵਾਵਾਂਗੇ, 500 ਦੇਸੀ ਅੰਬ। ਓ ਮਾਈ ਗਾਡ, ਚਲੋ ਆਈ ਹੋਪ ਟੂ ਮੀਟ ਯੂ। ਅਬ ਅੰਮ੍ਰਿਤਸਰ ਮੇਰਾ, ਅੰਮ੍ਰਿਤਸਰ ਮੇਰਾ ਆਉਣਾ ਹੁੰਦਾ ਹੈ, ਤੇ ਅੰਮ੍ਰਿਤਸਰ ਅਗਰ ਆਏ ਤੇ ਡੈਫੀਨਿਟਲੀ ਦਰਸ਼ਨ ਕਰਾਂਗੇ। ਬਾਕੀ ਇਸ ਵਕਤ ਅੱਜ ਦੀ ਘੜੀ जून चल रहा है, जुलाई शुरू होने वाला है, तो अज की कड़ी सिर्फ अपना फोकस करो अपनी बेटी दी एजुकेशन, बेटी दी इंग्लिश से फोकस करो, नथिंग मोर नथिंग एल्स, नो इन्वेस्टर वीजा राइट। हाँ जी हाँ जी, क्लियर हो गया। तो मैं बाकी व्हाट्सएप पे मेरी सारी जेडी हॉबीज है ना पेशन, वो मैं भेजा है आप दिन, ठीक है किचन गार्डनिंग भी करना करे वो सारा आप दिन भेजा है, थोड़ा आप जी देख लेना, ठीक है, चंगी लगे तो। साढ़े दादा जी ने पूरा गुरु ग्रंथ साहब हथ नाल कलम नाल लिखा है, साढ़े दादा जी ने, अच्छा अच्छा, वो भी आप जी ने फोटो भेजी है, आप जी वो भी देखना जरूर, इतने आओ तो जरूर दर्शन देना। श्योर, थैंक यू थैंक यू थैंक यू थैंक यू वेरी मच, बहुत बहुत धन्यवाद, बहुत बहुत थैंक यू, सत श्री अकाल।